الحمد لله الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الا ان اولیاء اللہ لا خوف علیہم ولا هم یحزنون. درود پاک سارے ساتھی محبت نال پڑھو. والصلاۃ والسلام علیک یا سیدی یا رسول اللہ والصلاۃ والسلام علیک یا سیدی یا حبیب اللہ الصلاۃ والسلام علیک یا سیدی یا رسول اللہ وعلی آلک و اصحابک یا سیدی یا حبیب اللہ. بڑی وار میں دل نو روکیا سی، بڑی وار میں دل نو روکیا سی، بیت غیراں دے وچ نہ کھولیا کر. بڑی وار میں دل نو روکیا سی، بیت غیراں دے وچ نہ کھولیا کر. جیدا ہو گئوں صدا رہ اس دا، تسبی مرشد دے نام دی پھولیا کر. بڑی وار میں دل نو روکیا سی، بیت غیراں دے وچ نہ کھولیا کر. جیدا ہو گئوں صدا رہ اس دا، تسبی مرشد دے نام دی پھولیا کر. لکھ پین مصیبتاں سر اتے، گل کر کے پھیر نہ ڈولیا کر. لکھ پین مصیبتاں سر اتے، گل کر کے پھیر نہ ڈولیا کر. تصور رکھ لے مرشد دا ویکھنے لئی، دائم و بولے نہ بولے تو بولیا کر. سانو تخت ہزارے دی لوڑ نہیں، نہ کوئی واسطہ شہر بھمور دے نال. اساں اپنی بال کے سیکنے آں، سانو نہیں غرض کسے ہور دے نال. رانجا ملے تے اس دے قدم چومیے، ساڈی یاری نہیں قیدو چور دے نال. لکھاں ٹلے تو بن کے آئے جوگی، رلیا کوئی نہ رانجو دی ٹور دے نال. اوہو گڈیاں چڑھ اسمان جاون، ہندا رابطہ جنہاں دا ٹور دے نال. اونوں حشر دا بوٹیا خوف کیے، گور جی دیے مرشد دی گور دے نال. اللہ وحدہ لا شریک اپنے پیاریاں دے ذکر پاک دی اس عظیم و شان روحانی محفل پاک دے اندر ساڈی ساریاں دی حاضری نو قبول فرمائے. ایک دعا سارے ساتھی ہن وی منگو، اور جب تک زندگی دے ساں باقی نے اس دعا نو ہمیشہ منگدے رہو. وہ دعا ہے کہ دعا کرو کہ اللہ اپنے محبوب دے وسیلہ جلیلہ نال ساڈا سب دا خاتمہ ایمان دے فرما دے وے. جس بندے دا خاتمہ ایمان اتے ہو گیا، جس بندے دی اخیر اچھی ہو گئی، وہ دا ساری زندگی دا سفر کامیاب ہو گیا. پریا وی اسے بندے دا توڑ چڑھیا، منزل اتے بھی وہ خوش نصیب بندہ ہی پہنچیا، مقام جنت بھی وہ حصے وچ آئی جس بندے دی اخیر اچھی ہو گئی.
ਦਰਦੇ ਦਿਲ ਨਾਲ ਦੁਆ ਕਰੋ ਕਿ ਅੱਲਾ ਮਹਿਬੂਬ ਦੇ ਵਸੀਲਾ ਜਲੀਲਾ ਨਾਲ ਸਾਡਾ ਕਿਰਦਾਰ ਨਾ ਵੇਖੇ, ਆਪਣੇ ਮਹਿਬੂਬ ਦੀ ਨਿਸਬਤ ਦੀ ਬਰਕਤ ਦੇ ਨਾਲ ਅੱਲਾ ਹਰ ਸਰਕਾਰ ਦੇ ਗੁਲਾਮ ਦੀ ਅਖੀਰ ਬਿਹਤਰੀਨ ਫਰਮਾ ਦੇਵੇ। ਮਾਸ਼ਾਅੱਲਾ ਤੁਸੀਂ ਜ਼ਿਆਰਤ ਫਰਮਾ ਰਹੇ ਹੋ ਅੱਜ ਦੀ ਇਸ ਮਹਿਫਲ ਪਾਕ ਦੀ ਸਦਾਰਤ ਪੀਰੇ ਤਰੀਕਤ ਸਾਹਿਬਜ਼ਾਦਾ ਵਾਲਾ ਸ਼ਾਨ ਸੋਹਣਾ ਸੈਯਦ ਪਾਤਸ਼ਾਹ ਫਰਮਾ ਰਹੇ ਨੇ। ਸਾਡਾ ਮਸਲਕ, ਸਾਡਾ ਅਕੀਦਾ ਸਾਨੂੰ ਸੈਦਾਤ ਦੀ ਇੱਜ਼ਤ ਦਾ ਹੁਕਮ ਦਿੰਦਾ ਹੈ। ਆਲਾ ਹਜ਼ਰਤ ਸਰਕਾਰ ਨੇ ਖਸੂਸੀ ਤੌਰ ਇਰਸ਼ਾਦ ਫਰਮਾਇਆ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੇ ਖਾਨਦਾਨ ਦਾ ਔਰ ਹਜ਼ੂਰ ਦੇ ਖੂਨ ਦਾ ਇਹਤਰਾਮ ਕਰਨੇ ਵਾਲਾ ਹੀ ਸੱਚਾ ਸੁੰਨੀ ਹੈ। ਮੈਂ ਜ਼ਿਆਦਾ ਦੇਰ ਜਨਾਬ ਦਾ ਟਾਈਮ ਖਰਚ ਨਹੀਂ ਕਰਨਾ ਚਾਹੁੰਦਾ। ਥੋੜ੍ਹੇ ਵਕਤ ਦੇ ਅੰਦਰ ਚੰਦ ਬਾਤਾਂ ਅੱਲਾ ਰਸੂਲ ਦੀ ਤੌਫੀਕ ਨਾਲ ਤਕਰੀਰ ਵਾਲੇ ਅੰਦਾਜ਼ ਵਿੱਚ ਨਹੀਂ ਬਲਕਿ ਤਬਲੀਗ ਵਾਲੇ ਅੰਦਾਜ਼ ਵਿੱਚ ਜਨਾਬ ਦੀ ਬਾਰਗਾਹ ਵਿੱਚ ਪੇਸ਼ ਕਰਨੇ ਦੀ ਸਾਦਤ ਹਾਸਿਲ ਕਰਾਂਗਾ। ਪਿੱਛੇ ਚੰਦ ਸਾਥੀ ਗੁਫ਼ਤਗੂ ਕਰ ਰਹੇ ਨੇ, ਮੈਂ ਅਪੀਲ ਕਰਾਂਗਾ ਕਿ ਸਿਆਣਾ ਔਰ ਦਨਾ ਬੰਦਾ ਹੋਇਆ ਕਰਦਾ ਹੈ ਜਿਹੜਾ ਮਦੀਨੇ ਵਾਲੇ ਮਹਿਬੂਬ ਦੀ ਮਹਿਫਲ ਪਾਕ ਨੂੰ ਨਿਹਾਇਤ ਇਹਤਰਾਮ ਨਾਲ ਔਰ ਬਾਵਜੂ ਹੋ ਕੇ ਔਰ ਨਿਹਾਇਤ ਖਲੂਸੇ ਨੀਅਤ ਨਾਲ ਸੁਣਨੇ ਦੀ ਸਾਦਤ ਹਾਸਿਲ ਕਰਦਾ ਹੈ। ਇਸ ਮਹਿਫਲ ਪਾਕ ਵਿੱਚ ਆਉਣੇ ਵਾਲੇ ਹਰ ਬੰਦੇ ਨੂੰ ਬਰਾਬਰ ਸਵਾਬ ਨਹੀਂ ਜੇ ਲੱਭਦਾ। ਕੁਝ ਐਸੇ ਬੰਦੇ ਮਹਿਫਲ ਪਾਕ ਵਿੱਚ ਹਾਜ਼ਰ ਹੁੰਦੇ ਨੇ ਜਿਹੜੇ ਘਰੋਂ ਚੱਲੇ ਸਨ ਅਤੇ ਖਾਲੀ ਦਾਮਨ ਸੀ, ਲੇਕਿਨ ਮਹਿਫਲ ਪਾਕ ਤੋਂ ਬਾਅਦ ਜਦੋਂ ਘਰ ਤਸ਼ਰੀਫ ਲੈ ਜਾਣਗੇ ਉਹਨਾਂ ਦਾ ਖਾਲੀ ਦਾਮਨ ਅੱਲਾ ਦੀ ਰਹਿਮਤ ਦੇ ਨਾਲ ਭਰਿਆ ਹੋਵੇਗਾ। ਕਈ ਐਸੇ ਬੰਦੇ ਵੀ ਮਹਿਫਲ ਪਾਕ ਦੀ ਜ਼ੀਨਤ ਬਣਦੇ ਨੇ, ਉਹ ਜਿਵੇਂ ਵਿਹਲੇ ਆਉਂਦੇ ਨੇ ਉਂਝ ਹੀ ਵਿਹਲੇ ਜਾਂਦੇ ਨੇ। ਇਹ ਮਹਿਫਲ ਮੇਲਾ ਜਾਂ ਤਮਾਸ਼ੇ ਦੀ ਮਹਿਫਲ ਨਹੀਂ, ਇਹ ਮਦੀਨੇ ਵਾਲੇ ਮਹਿਬੂਬ ਦੇ ਜ਼ਿਕਰ ਪਾਕ ਦੀ ਮਹਿਫਲ ਹੈ ਔਰ ਇਸ ਮਹਿਫਲ ਪਾਕ ਵਿੱਚ ਬਹਿ ਕੇ ਸਾਹ ਲੈਣਾ ਵੀ ਸਾਡੇ ਵਾਸਤੇ ਸਵਾਬ ਦਾ ਦਰਜਾ ਰੱਖਦਾ ਹੈ। ਮੇਰੇ ਪਿਆਰੇ ਸਾਥੀ, ਮੇਰੇ ਪਿਆਰੇ ਭਾਈ ਜਨਾਬੇ ਮੁਹਤਰਮ ਭਾਈ ਮੁਹੰਮਦ ਸ਼ੁਏਬ ਸਾਹਿਬ, ਉਹਨਾਂ ਦਾ ਫਰਮਾਨ ਸੀ, ਉਹਨਾਂ ਫਰਮਾਇਆ ਕਿ ਮੈਨੂੰ ਢੇਰ ਸਾਰੀ ਮਜਬੂਰੀ ਇਹਨਾਂ ਬੰਦਿਆਂ ਦੀ ਅਤੇ ਤੁਸਾਂ ਇਸ ਮਹਿਫਲ ਪਾਕ ਵਿੱਚ ਹਾਜ਼ਰ ਹੋਵੋ ਔਰ ਸਰਕਾਰ ਦੇ ਗੁਲਾਮਾਂ ਦੀ ਜ਼ਿਆਰਤ ਕਰਨੇ ਦਾ ਤੈਨੂੰ ਵੀ ਮੌਕਾ ਦਿੱਤਾ ਜਾਏਗਾ। ਕਿਉਂਕਿ ਦਾਤਾ ਹਜ਼ੂਰ ਦਾ ਉਰਸ ਪਾਕ ਜਾਰੀ ਉਸਾਰੀ ਹੈ, ਮੈਂ ਵੀ ਕੋਈ ਥੋੜ੍ਹੀ ਜਿਹੀ ਹਾਜ਼ਰੀ ਸਰਕਾਰ ਦੇ ਉਰਸ ਪਾਕ ਵਿੱਚ ਦਿਨ ਵਾਲੀ ਨਿਸ਼ਸਤ ਵਿੱਚ ਦੇ ਕੇ ਆਇਆ। ਮੈਂ ਉਸ ਹਵਾਲੇ ਨਾਲ ਚੰਦ ਬਾਤਾਂ ਜਨਾਬ ਦੇ ਸਾਹਮਣੇ ਪੇਸ਼ ਕਰਨੇ ਦੀ ਸਾਦਤ ਹਾਸਿਲ ਕਰਾਂਗਾ। ਮੈਨੂੰ ਅੰਦਰੋਂ ਉਮੀਦ ਹੈ, ਅੰਦਰੋਂ ਉਮੀਦ ਇਸ ਗੱਲ ਦੀ ਕਿ ਮੇਰਾ ਸਾਰਾ ਬਾਇਜ਼ਤ ਮਜਮਾ ਹਮੇਸ਼ਾ ਦੀ ਤਰ੍ਹਾਂ ਮੇਰੀਆਂ ਗੱਲਾਂ ਨੂੰ ਨਿਹਾਇਤ ਗੌਰ ਵ ਫਿਕਰ ਨਾਲ ਸੁਣੇਗਾ ਔਰ ਹਮੇਸ਼ਾ ਮੇਰੇ ਸੁਣਨ ਵਾਲੇ ਇਹ ਸ਼ਫਕਤ ਫਰਮਾਉਂਦੇ ਨੇ। ਆਗਾਜ਼ੀ ਗੁਫ਼ਤਗੂ ਇਹ ਵੇ ਕਿ ਬੰਦਾ ਇਸ ਦੁਨੀਆ ਦੇ ਅੰਦਰ ਇਸ ਮਾਸ਼ਰੇ ਵਿੱਚ ਅਗਰ ਚੈੱਕ ਕਰਨਾ ਹੋਵੇ ਕਿ ਬੰਦਾ ਕੈਸਾ ਹੈ, ਤਾਂ ਦਨਾਵਾਂ ਔਰ ਸਿਆਣਿਆਂ ਬੰਦਿਆਂ ਦਾ ਕੌਲ ਹੈ ਕਿ ਉਸ ਬੰਦੇ ਦਾ ਯਰਾਨਾ ਚੈੱਕ ਕਰੋ, ਉਸ ਬੰਦੇ ਦਾ ਤਲਕ ਚੈੱਕ ਕਰੋ। ਅਗਰ ਉਹਦਾ ਯਰਾਨਾ ਚੰਗਿਆਂ ਬੰਦਿਆਂ ਨਾਲ ਹੋਵੇਗਾ, ਉਹ ਬੰਦਾ ਚੰਗਾ ਹੋਵੇਗਾ,
ਅਗਰ ਉਹਦੀ ਦੋਸਤੀ, ਉਹਦਾ ਤਲਕ, ਉਹਦਾ ਬਹਿਣਾ ਉੱਠਣਾ ਭੈੜਿਆਂ ਬੰਦਿਆਂ ਨਾਲ ਹੋਵੇਗਾ, ਉਹ ਬੰਦਾ ਭੈੜਾ ਹੋਵੇਗਾ। ਤਨਾਵ ਬੰਦੇ ਦੀ ਗੱਲ ਤੋਂ ਮੈਂ ਗੱਲ ਸ਼ੁਰੂ ਕੀਤੀ ਹੈ ਅਤੇ ਤਨਾਵਾਂ ਨਾਲ ਹੀ ਮੇਰੀ ਗੁਫ਼ਤਗੂ ਹੈ। ਤੁਸੀਂ ਸਾਰੇ ਸ਼ਫਕਤ ਫਰਮਾਓਗੇ ਨਿਹਾਇਤ ਤਵੱਜੋ ਨਾਲ, ਮੇਰਾ ਬਾਇਜ਼ਤ ਮਜਮਾ ਮੇਰੀ ਗੱਲ ਅਲਹਮਦੁਲਿਲਾ ਸੁਣ ਰਿਹਾ। ਅਗਰ ਬੰਦੇ ਦਾ ਸ਼ਰਾਬੀ ਨਾਲ ਬੈਣ ਉੱਠਣ ਹੋਵੇ, ਉਹ ਕਦੀ ਵੀ ਪਿੰਡ ਦੇ ਅੰਦਰ, ਇਲਾਕੇ ਦੇ ਅੰਦਰ, ਆਪਣੇ ਵਸੇਬ ਦੇ ਅੰਦਰ, ਆਪਣੇ ਦੋਸਤਾਂ ਦੇ ਅੰਦਰ ਨੇਕ ਮਸ਼ਹੂਰ ਨਹੀਂ ਹੋਵੇਗਾ। ਉਹ ਨਾ ਵੀ ਪੀਂਦਾ ਹੋਵੇ ਤਾਂ ਸ਼ਰਾਬੀ ਮਸ਼ਹੂਰ ਹੋਵੇਗਾ। ਅਗਰ ਬੰਦੇ ਦਾ ਕਿਸੇ ਜ਼ਾਨੀ ਨਾਲ ਬਹਿਣਾ ਉੱਠਣਾ ਹੋਵੇ, ਅੱਲਾ ਮਦੀਨੇ ਵਾਲੇ ਨਿਗਾਹ, ਨਬੀ ਦੀ ਨਿਗਾਹੇ ਸ਼ਫਕਤ ਨਾਲ ਉਹਨੂੰ ਮਹਿਫੂਜ਼ ਵੀ ਰੱਖਿਆ ਹੋਵੇ, ਲੇਕਿਨ ਜਦੋਂ ਉਹਦਾ ਤਲਕ ਭੈੜੇ ਬੰਦੇ ਨਾਲ ਹੋਵੇਗਾ, ਉਹ ਜ਼ਮਾਨੇ ਦੀ ਨਜ਼ਰ ਦੇ ਅੰਦਰ ਉਹਦਾ ਉਹ ਮਕਾਮ, ਉਹ ਇੱਜ਼ਤ ਨਹੀਂ ਹੋਵੇਗੀ, ਬਲਕਿ ਪਿੱਠ ਪਿੱਛੇ ਬੰਦੇ ਉਹਦੇ ਬਾਰੇ ਢੇਰ ਸਾਰੀਆਂ ਗੱਲਾਂ ਐਸੀਆਂ ਕਰਨਗੇ ਜਿਹੜੀਆਂ ਉਹਦੇ ਇੱਜ਼ਤ ਦੇ ਵਾਸਤੇ ਅੱਛੀਆਂ ਨਹੀਂ ਹੋਣਗੀਆਂ। ਦੋਸਤ ਬੰਦੇ ਦੀ ਪਹਿਚਾਣ ਬਣਦੇ ਨੇ। ਚੰਗਿਆਂ ਨਾਲ ਯਾਰਾਨਾ ਹੋਵੇ ਤਾਂ ਬੰਦਾ ਚੰਗਾ ਹੁੰਦਾ ਹੈ, ਭੈੜਿਆਂ ਨਾਲ ਤਲਕ ਹੋਵੇ ਤਾਂ ਬੰਦਾ ਭੈੜਾ ਹੁੰਦਾ ਹੈ। ਇਹ ਸਾਰੇ ਸਿਆਣੇ ਅਤੇ ਦਨਾਵਾਂ ਬੰਦਿਆਂ ਦਾ ਮੁਤਫਿਕਾ ਫੈਸਲਾ ਹੈ। ਅਗਰ ਇਹ ਗੱਲ ਸੱਚੀ ਹੈ, ਇਹਦੇ ਉੱਤੇ ਮੈਂ ਪਹਿਲੀ ਇੱਕ ਗੱਲ ਲੱਗਿਆ ਕਰਨ, ਅਤੇ ਤੇਰੇ ਅੰਦਰ ਛੁਪਿਆ ਹੋਇਆ ਅਕੀਦਾ ਸਾਹਮਣੇ ਆਵੇਗਾ, ਅਤੇ ਮੈਂ ਚੈੱਕ ਕਰ ਲਵਾਂਗਾ ਕਿਹੜੇ ਕਿਹੜੇ ਬੰਦੇ 'ਚ ਅਕੀਦਾ ਮਹਿਫੂਜ਼ ਹੈ। ਜੇ ਯਾਰਾਂ ਦੀ ਵਜ੍ਹਾ ਨਾਲ ਹੀ ਪਤਾ ਲੱਗਦਾ ਕਿ ਬੰਦਾ ਚੰਗਾ ਜਾਂ ਭੈੜਾ ਹੈ, ਤਾਂ ਫਿਰ ਮਦੀਨੇ ਵਾਲੇ ਮੁਸਤਫਾ ਦੇ ਯਾਰਾਂ ਦਾ ਕੀ ਮਕਾਮ ਹੈ, ਜਿਨ੍ਹਾਂ ਦੀ ਯਾਰੀ ਜ਼ਹਰਾ ਦੇ ਬਾਬੇ ਨਾਲ ਸੀ। ਕਿਸੇ ਸੁਣੀ ਹੈ ਮੇਰੀ ਗੱਲ, ਮੈਂ ਕੀ ਆਖਿਆ? ਮੈਂ ਇਸ ਗੱਲ ਨੂੰ ਇੱਕ ਵਾਰੀ ਦੁਬਾਰਾ ਲੱਗਿਆ ਕਰਨ ਬਈ, ਅਗਰ ਦੋਸਤਾਂ ਦੀ ਵਜ੍ਹਾ ਨਾਲ ਬੰਦਾ ਪਛਾਣਿਆ ਜਾਂਦਾ ਹੈ, ਦੋਸਤਾਂ ਦੀ ਵਜ੍ਹਾ ਨਾਲ ਹੀ ਬੰਦੇ ਦਾ ਤਾਰਫ ਹੈ, ਅਤੇ ਸਿੱਦੀਕ ਅਕਬਰ ਦਾ ਮਕਾਮ ਕੀ ਹੈ, ਫਾਰੂਕ ਆਜ਼ਮ ਦਾ ਮਕਾਮ ਕੀ ਹੈ, ਉਸਮਾਨ ਗਨੀ ਦਾ ਮਕਾਮ ਕੀ ਹੈ, ਹੈਦਰ ਕਰਾਰ ਦਾ ਮਕਾਮ ਕੀ ਹੈ, ਨਬੀ ਦੇ 1.25 ਲੱਖ ਬਾਇੱਜ਼ਤ ਸੁਹਾਬਾ ਦਾ ਮਕਾਮ ਕੀ ਹੈ, ਕਿ ਜਿਨ੍ਹਾਂ ਦੀ ਯਾਰੀ ਹੁਸੈਨ ਦੇ ਪਾਕ ਨਾਨੇ ਨਾਲ ਹੈ। ਦੁਨੀਆਂ ਦੇ ਅੰਦਰ ਮੈਂ ਬੜੇ ਬੜੇ ਤਲਕ ਵੇਖੇ ਨੇ, ਦੁਨੀਆਂ ਦੇ ਅੰਦਰ ਮੈਂ ਬੜੇ ਬੜੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਜ਼ਰਾਤ, ਵੇਖੋ ਨਾ ਗੱਲ ਜ਼ਿਹਨ 'ਚੋਂ ਨਿਕਲ ਗਈ। ਦੁਨੀਆਂ ਦੇ ਅੰਦਰ ਮੈਂ ਬੜੇ ਬੜੇ ਤਲਕ ਵੇਖੇ ਨੇ, ਬੜੇ ਬੜੇ ਯਾਰਾਨੇ ਵੇਖੇ ਨੇ, ਬੜੀਆਂ ਬੜੀਆਂ ਦੋਸਤੀਆਂ ਵੇਖੀਆਂ ਨੇ। ਦੋਸਤ ਦੁਨੀਆਂ 'ਚ ਕੋਈ ਇੰਜ ਦਾ ਮੈਂ ਨਹੀਂ ਵੇਖਿਆ ਕਿ ਉਹਨੇ ਆਪਣੇ ਬੂਹੇ ਦੇ ਸਾਹਮਣੇ ਆਪਣੇ ਸੱਜਣ ਦਾ ਨਾਂ ਲਿਖਾਇਆ ਹੋਵੇ। ਇਹ ਮੈਂ ਵੇਖਿਆ ਕਿ ਬੈਠਕ ਵਿੱਚ ਯਾਰ ਦੀ ਤਸਵੀਰ ਨਾਲ ਹੁੰਦੀ ਹੈ ਕਿ ਇਹ ਮੇਰਾ ਭਰਾ ਹੈ, ਇਹਦੇ ਨਾਲ ਮੇਰੀ ਪੱਗ ਵੱਟੀ ਹੈ, ਮੇਰਾ ਯਾਰਾਨਾ, ਮੇਰੀ ਦੋਸਤੀ ਹੈ। ਮੈਂ ਬੈਠਕ ਵਿੱਚ ਦੋ ਦੋਸਤਾਂ ਦੀ ਤਸਵੀਰ ਲੱਗੀ ਵੇਖੀ ਹੈ। ਮੈਂ ਘਰ ਦੇ ਅੰਦਰ ਬੈਠਕ ਦੇ ਵਿੱਚ ਨਾਂ ਲਿਖਿਆ ਵੇਖਿਆ, ਲੇਕਿਨ ਕਿਸੇ ਬੰਦੇ ਦੇ ਬੂਹੇ 'ਤੇ, ਦਰਵਾਜ਼ੇ 'ਤੇ ਸੱਜਣ ਦਾ ਨਾਂ ਨਹੀਂ। ਕਿਤਨਾ ਯਾਰਾਨਾ ਸਿੱਦੀਕ ਅਕਬਰ ਦਾ ਅਤੇ ਫਾਰੂਕ ਆਜ਼ਮ ਦਾ ਮੇਰੇ ਮਹਿਬੂਬ ਨਾਲ। ਤੁਸੀਂ ਉਮਰੇ 'ਤੇ ਤਸ਼ਰੀਫ ਲੈ ਜਾਓ, ਮੇਰੇ ਨਬੀ ਦੇ ਰੋਜ਼ੇ ਮੁਬਾਰਕ 'ਤੇ, ਮੇਰੇ ਨਬੀ ਦੀ ਰਿਹਾਇਸ਼ ਗਾਹ ਵਿੱਚ, ਮੇਰੇ ਨਬੀ ਦੀ ਆਰਾਮ ਗਾਹ ਵਿੱਚ, ਜਿੱਥੇ ਮਦੀਨੇ ਵਾਲੇ ਨਬੀ ਦਾ ਨਾਂ ਹੈ, ਨਾਲ ਦੋ ਯਾਰਾਂ ਦਾ ਨਾਂ ਹੈ। ਕੋਈ ਗੱਲ ਸਮਝੀਏ ਮੇਰੀ, ਮੈਂ ਕੀ ਆਖਿਆ ਜਨਾਬ? ਜਿਹੜੇ ਬੰਦੇ ਸੁਭਾਨ ਅੱਲਾ ਫਰਮਾ ਰਹੇ ਹੋ, ਤੁਹਾਡੀ ਮਿਹਰਬਾਨੀ ਹੈ। ਅਤੇ ਜਿਹੜਾ ਬੰਦਿਆਂ ਨਹੀਂ ਆਖਿਆ, ਮੈਂ ਅਰਜ਼ ਕਰ ਦਿੰਦਾ, ਬੰਦੇ ਉਹ ਵੀ ਨੇ ਜਿਹੜੇ ਕਬੂਤਰਾਂ ਦੇ ਖੁੱਡਿਆਂ 'ਤੇ ਬੋਲਦੇ ਨੇ, ਬੰਦੇ ਉਹ ਵੀ ਨੇ ਜਿਹੜੇ ਕੁੱਤਿਆਂ ਦੇ ਦੰਗਲ 'ਚ ਬੋਲਦੇ ਨੇ, ਬੰਦੇ ਉਹ ਵੀ ਨੇ ਜਿਹੜੇ ਵੱਡੇ ਬੰਦਿਆਂ ਦੇ ਜਲਸਿਆਂ 'ਚ ਬੋਲਦੇ ਨੇ। ਐਸੀ ਜ਼ੁਬਾਨ ਨੂੰ ਕੱਟ ਕੇ ਬੰਦਾ ਪਰਾਂ ਚੁੱਲ੍ਹੇ ਵਿੱਚ ਨਾ ਸੁੱਟੇ, ਜਿਹੜੀ ਭੈੜੀਆਂ ਮਹਿਫਲਾਂ 'ਚ ਬੋਲੇ ਅਤੇ ਅੱਲਾ ਦੇ ਪਿਆਰਿਆਂ ਦੀ ਜ਼ਿਕਰ ਦੀ ਮਹਿਫਲ ਵਿੱਚ ਨਾ ਬੋਲੇ। ਨਾਲੇ ਮੈਂ ਗੱਲ ਸੁਣਾ ਦਿਆਂ, ਤੈਨੂੰ ਚੰਗੀ ਤਰ੍ਹਾਂ ਸੁਣ ਲਓ, ਤੈਨੂੰ ਸੀਨੇ ਦਾ ਤਵੀਜ਼ ਬਣਾ ਲਓ, ਅਤੇ ਹਮੇਸ਼ਾ ਯਾਦ ਰੱਖੋ, ਮੈਂ ਉਸ ਬੰਦੇ ਨਾਲ ਬੋਲਾਂਗਾ ਜਿਹੜਾ ਮੈਨੂੰ ਪਸੰਦ ਹੋਵੇਗਾ। ਜਿਹੜਾ ਬੰਦਾ ਮੈਨੂੰ ਪਸੰਦ ਨਾ ਹੋਵੇ, ਮੈਂ ਉਹਦੇ ਨਾਲ ਬੋਲਣਾ ਪਸੰਦ ਹੀ ਨਹੀਂ ਸਮਝਦਾ। ਹਾਲਾਂਕਿ ਮੈਂ ਮਜ਼ਹਬੀ ਆਦਮੀ ਹਾਂ, ਮੈਨੂੰ ਤਾਂ ਹੁਕਮ ਹੈ ਕਿ ਮੈਂ ਨਿਹਾਇਤ ਆਜ਼ਿਜ਼ੀ ਨਾਲ, ਦੁਸ਼ਮਣ ਨਾਲ ਵੀ ਅੱਛੀ ਗੁਫ਼ਤਗੂ ਕਰਾਂ, ਲੇਕਿਨ ਉਹਦੇ ਬਾਵਜੂਦ ਜਿਹੜੇ ਬੰਦੇ ਨੂੰ ਬੰਦਾ ਅੰਦਰੋਂ ਚੰਗਾ ਨਾ ਸਮਝਦਾ ਹੋਵੇ, ਉਹਦਾ ਬੋਲਣਾ ਵੀ ਚੰਗਾ ਨਹੀਂ ਲੱਗਦਾ, ਉਹਦੇ ਨਾਲ ਬੰਦਾ ਬੋਲੇ ਤਾਂ ਇਹ ਗੱਲ ਵੀ ਬੰਦੇ ਨੂੰ ਪਸੰਦ ਨਹੀਂ। ਅਗਰ ਸਾਰੇ ਸਾਥੀ ਇਸ ਗੱਲ 'ਤੇ ਮੁਤਫਿਕਾ ਹੋ, ਤਾਂ ਮੈਂ ਰੌਲਾ ਮੁਕਾ ਦਿਆਂ, ਮੈਂ ਉਹਦੇ ਨਾਲ ਬੋਲਾਂਗਾ ਜਿਹੜਾ ਮੈਨੂੰ ਪਸੰਦ ਹੋਵੇਗਾ, ਤੁਸੀਂ ਉਹਦੇ ਨਾਲ ਬੋਲੋਗੇ ਜਿਹੜਾ ਤੁਹਾਨੂੰ ਪਸੰਦ ਹੋਵੇਗਾ। ਨਬੀ ਦੀ ਮਹਿਫਲ ਵਿੱਚ ਬਹਿ ਕੇ ਹਰ ਬੰਦੇ ਨੂੰ ਬੋਲਣਾ ਨਸੀਬ ਨਹੀਂ ਹੁੰਦਾ, ਇੱਥੇ ਉਹ ਬੋਲੇਗਾ ਜਿਹਦਾ ਬੋਲਣਾ ਜ਼ਹਰਾ ਦੇ ਬਾਬੇ ਨੂੰ ਚੰਗਾ ਲੱਗਦਾ ਹੋਵੇਗਾ। ਇੱਥੇ ਤੇਰਾ ਕੀ ਖਿਆਲ ਹੈ ਕਿ ਹਰ ਬੰਦਾ ਬੋਲ ਪਵੇਗਾ? ਆ ਢੇਰ ਸਾਰੇ ਬੰਦੇ ਬੈਠੇ ਨੇ, ਕੋਈ ਨਹੀਂ ਜੇ ਬੋਲਦੇ,
ਹਾਲਾਂਕਿ ਇਹ ਹੀ ਬੰਦਿਆਂ ਨੇ ਜਦੋਂ ਲੰਗਰ ਕੀਤਾ ਉਦੋਂ ਇਹ ਬੋਲੇ ਸਨ, ਇੱਥੇ ਡੌਂਗਾ ਲੈ ਆ ਬਈ, ਇੱਥੇ ਪਾਣੀ ਲੈ ਆ। ਹਜ਼ੂਰ ਦੀ ਮਹਿਫਲ ਵਿੱਚ ਬੋਲਣਾ ਹਰ ਬੰਦੇ ਦੇ ਵੱਸ ਦਾ ਕੰਮ ਹੀ ਨਹੀਂ, ਅਤੇ ਹਰ ਬੰਦੇ ਨੂੰ ਤਕਲੀਫ ਵੀ ਨਾ ਦਿਆ ਕਰੋ। ਹਜ਼ੂਰ ਦੀ ਮਹਿਫਲ 'ਚੋਂ ਬੋਲੇਗਾ ਜਿਹਦੇ ਦਿਲ ਦੇ ਅੰਦਰ ਜ਼ਹਰਾ ਦੇ ਬਾਬੇ ਦੀ ਮੁਹੱਬਤ ਹੋਵੇਗੀ, ਅਤੇ ਜਨੂਨ ਦੀ ਹੱਦ ਤੱਕ ਮੁਹੱਬਤ ਹੋਵੇਗੀ। ਮੈਨੂੰ ਕਾਇਦੇ ਅਹਿਲੇ ਸੁਨਤ ਦਾ ਅਮੀਰੁਲ ਮੁਜਾਹਿਦੀਨ ਦਾ ਆਹ ਜੁਮਲਾ ਖਾ ਗਿਆ ਹੈ, ਅਤੇ ਕਿਆ ਬਾਤ ਹੈ। ਉਹ ਫਰਮਾਉਂਦੇ ਨਬੀ ਨਾਲ ਜਿਹੜੀ ਮੁਹੱਬਤ ਹੈ ਨਾ, ਸੋਚ ਸਾਚ ਕੇ ਨਹੀਂ ਕਰਨੀ, ਅੰਨੇ ਵਾਹ ਕਰਨੀ। ਕੋਈ ਸਮਝ ਰਹੇ ਹੋ ਮੇਰੀ ਗੱਲ, ਮੈਂ ਕੀ ਪਿਆਰ ਨਾ। ਮੈਨੂੰ ਟਾਈਮ ਬਹੁਤਾ ਦਿਓ ਅਤੇ ਗੱਲਾਂ ਦੋ ਚਾਰ ਮੈਂ ਕਰਨੀਆਂ, ਜਨਾਬ ਤੱਕ ਪਹੁੰਚਾਉਣੀਆਂ। ਮੌਜੂ ਜ਼ਰਾ ਜ਼ਿਹਨ 'ਚ ਰੱਖਣਾ। ਮਲੂਮ ਹੋਇਆ ਕਿ ਬੰਦੇ ਦੀ ਅੱਛੇ ਬੰਦਿਆਂ ਨਾਲ ਜਰਾਨਾ ਹੋਵੇ ਅਤੇ ਚੰਗਿਆਂ ਨਾਲ ਤਲਕ ਹੋਵੇ ਅਤੇ ਬੰਦਾ ਅੱਛਾ ਹੁੰਦਾ ਹੈ, ਭੈੜਿਆਂ ਨਾਲ ਦੋਸਤੀ ਹੋਵੇ ਅਤੇ ਬੰਦਾ ਭੈੜਾ ਹੁੰਦਾ ਹੈ। ਅੱਛਾ, ਨਿਸਬਤ ਦੀ ਵਜ੍ਹਾ ਨਾਲ ਬੜੇ ਫਾਇਦੇ ਪਹੁੰਚਦੇ ਜੇ ਨਿਸਬਤ ਦੀ ਵਜ੍ਹਾ ਨਾਲ ਚੰਗੇ ਬੰਦੇ ਨਾਲ ਜਰਾਨਾ ਹੋਵੇ, ਚੰਗੇ ਬੰਦੇ ਨਾਲ ਦੋਸਤੀ ਹੋਵੇ, ਚੰਗੇ ਬੰਦੇ ਨਾਲ ਨਿਸਬਤ ਹੋਵੇ, ਉਹਦੇ ਨਾਲ ਢੇਰ ਸਾਰਾ ਫਾਇਦਾ। ਜੇ ਮੈਂ ਇੱਕ ਮਿੰਟ ਦੇ ਅੰਦਰ ਇਸ ਗੱਲ ਨੂੰ ਵਾਜ਼ੇ ਕਰਦੇ ਹਾਂ, ਐਸ ਬਾਇਜ਼ਤ ਮਜਬੇ ਦੇ ਅੰਦਰ ਮਾਸ਼ਾਅੱਲਾ ਪੜ੍ਹੇ ਲਿਖੇ ਅਲਹਮਦੁਲਿਲਾ ਸਰਕਾਰ ਦੇ ਗੁਲਾਮ ਤਸ਼ਰੀਫ ਫਰਮਾ ਨੇ, ਮੁਲਾਜ਼ਮ ਹੁਸੈਨ ਦਾ ਅੰਦਰੋਂ ਅਕੀਦਾ ਸੁਣ, ਜਿਹੜਾ ਬੰਦਾ ਮਦੀਨੇ ਵਾਲੇ ਨਬੀ ਨਾਲ ਮੁਹੱਬਤ ਕਰਦਾ ਹੈ ਨਾ, ਮੈਂ ਉਹਨੂੰ ਅਨਪੜ੍ਹ ਸਮਝਦਾ ਹੀ ਨਹੀਂ। ਅਨਪੜ੍ਹ ਅਤੇ ਜਹਿਲ ਉਹ ਹੋਇਆ ਕਰਦਾ ਜਿਹੜਾ ਸਰਕਾਰ ਦੀ ਮੁਹੱਬਤ ਵਿੱਚ ਨਹੀਂ ਆਇਆ। ਅਨਪੜ੍ਹ ਵੀ ਹੈ ਅਤੇ ਜਹਿਲ ਵੀ ਹੈ, ਅਤੇ ਜਿਹਦੇ ਦਿਲ ਵਿੱਚ ਹਜ਼ੂਰ ਦੀ ਮੁਹੱਬਤ ਅਤੇ ਭਵੇਂ ਅਨੋਖਾ ਟੇਕ ਹੈ, ਉਹਦੇ ਜੀ ਅਤੇ ਅਹਿਲ ਇਲਮ ਬੰਦਾ ਹੈ ਹੀ ਕੋਈ ਨਹੀਂ। ਅਹਿਲ ਇਲਮ ਹੁੰਦਾ ਹੀ ਉਹ ਹੈ ਜਿਹੜਾ ਸਰਕਾਰ ਦੀ ਅਜ਼ਮਤ ਨੂੰ ਸਮਝ ਗਿਆ, ਹਜ਼ੂਰ ਦੇ ਕਮਾਲਾਤ ਨੂੰ ਸਮਝ ਗਿਆ। ਅੱਛਾ, ਮੈਂ ਅਰਜ਼ ਕਰਨਾ ਕਿ ਇਸ ਮਹਿਫਲ ਪਾਕ ਵਿੱਚ ਇਸ ਮਜਮੇ ਦੇ ਅੰਦਰ ਪੜ੍ਹੇ ਲਿਖੇ ਬੰਦੇ ਤਸ਼ਰੀਫ ਫਰਮਾ ਨੇ, ਅਗਰ ਮੈਂ ਮੁਲਾਜ਼ਮ ਹੁਸੈਨ ਤੁਹਾਡਾ ਨਿੱਕਾ ਖਤੀਬ ਤੁਹਾਨੂੰ ਅੱਜ ਸਵਾਲ ਕਰਦੇ ਹਾਂ ਕਿ ਇਸ ਮਜਮੇ 'ਚ ਹੈ ਵੀ ਕੋਈ ਬੰਦਾ ਐਸਾ ਜਿਹੜਾ ਹਜ਼ਰਤ ਅਲਾਮਾ ਇਕਬਾਲ ਦੀ ਦਾਈ ਦਾ ਨਾਂ ਦੱਸੇ। ਮੇਰਾ ਖਿਆਲ ਹੈ ਕਿ ਮਜਮੇ ਦੇ ਅੰਦਰ ਬੰਦੇ ਪੜ੍ਹੇ ਲਿਖੇ ਤਸ਼ਰੀਫ ਫਰਮਾ ਨੇ, ਐਸੇ ਬੰਦੇ ਵੀ ਮਜਮੇ 'ਚ ਬੈਠੇ ਜਿਨ੍ਹਾਂ ਨੂੰ ਹਜ਼ਰਤ ਅਲਾਮਾ ਇਕਬਾਲ ਦਾ ਕਲਾਮ ਅਲਹਮਦੁਲਿਲਾ ਜ਼ੁਬਾਨੀ ਯਾਦ ਹੈ, ਅਤੇ ਯਾਦ ਕਰਨਾ ਵੀ ਚਾਹੀਦਾ। ਉਹਨੇ ਗੱਲ ਹੀ ਸੁਆਦੀ ਕੀਤੀ ਹੈ, ਉਹ ਆਂਦਾ ਕੀ ਮੁਹੰਮਦ ਸੇ ਵਫਾ ਤੂ ਨੇ ਤੋ ਹਮ ਤੇਰੇ ਹੈ, ਇਹ ਜਹਾਂ ਚੀਜ਼ ਹੈ ਕਿਆ ਲਾਹੋ ਕਲਮ ਤੇਰੇ ਹੈ, ਯਾਨੀ ਅਲਾਮਾ ਇਕਬਾਲ ਦੇ ਕਲਾਮ ਦੇ ਬੰਦੇ ਹਾਫਜ਼ ਮੌਜੂਦ ਹਨ, ਲੇਕਿਨ ਅਲਾਮਾ ਸਾਹਿਬ ਦੀ ਦਾਈ ਦਾ ਨਾਂ ਇਸ ਵਕਤ ਕਿਸੇ ਨੂੰ ਜ਼ੁਬਾਨੀ ਯਾਦ ਨਹੀਂ। ਇਸ ਮਹਿਫਲ ਪਾਕ ਵਿੱਚ ਅਗਰ ਮੈਂ ਆਖਾਂ ਜੀ ਹੈ ਕੋਈ ਬੰਦਾ ਜਿਹੜਾ ਕੈਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਦਾਈ ਦਾ ਨਾਂ ਦੱਸੇ, ਕੈਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਕਾਬਲ ਇੱਜ਼ਤ ਏ, ਕਾਬਲ ਇਹਤਰਾਮ ਏ, ਬਾਨੀ ਏ ਪਾਕਿਸਤਾਨ ਏ, ਨਸਲੀ ਬੰਦਾ ਹੁੰਦਾ ਹੀ ਉਹ ਏ ਜਿਹੜਾ ਇਸ਼ਾਨ ਫਰਾਮੋਸ਼ ਨਾ ਹੋਵੇ। ਬੋਲੋ ਵੀ ਸਹੀ ਯਾਰ, ਬਈ ਨਸਲੀ ਬੰਦਾ ਤੇ ਖਾਨਦਾਨੀ ਹੁੰਦਾ ਜਿਹੜਾ ਇਨਸਾਨ ਫਰਾਮੋਸ਼ ਨਾ ਹੋਵੇ। ਜਿਹੜਾ ਬੰਦਾ ਇਨਸਾਨ ਫਰਾਮੋਸ਼ ਹੋਵੇ ਉਹ ਕਾਹਦਾ ਨਸਲੀਏ, ਉਹਦੇ ਜਿਹਾ ਤੇ ਪਸਤ ਤੇ ਜਹਿਲ ਤੇ ਛੋਟੀ ਤਬੀਅਤ ਦਾ ਬੰਦਾ ਹੈ ਕੋਈ ਨਹੀਂ। ਅਲਹਮਦੁਲਿਲਾ ਅਸੀਂ ਲੋਕ ਕਿਆਮਤ ਤੱਕ ਸਾਡੀਆਂ ਨਸਲਾਂ ਕੈਦੇ ਆਜ਼ਮ ਮੁਹੰਮਦ ਲਈ ਜਿਨ੍ਹਾਂ ਦਾ ਸ਼ੁਕਰੀਆ ਅਦਾ ਕਰਦੀਆਂ ਰਹਿਣਗੀਆਂ ਕਿ ਉਹਨੇ ਤੋਹਫੇ ਵਿੱਚ ਸਾਨੂੰ ਪਾਕਿਸਤਾਨ ਅਤਾ ਫਰਮਾਇਆ। ਅਲਾਮਾ ਇਕਬਾਲ ਦੇ ਬੰਦੇ ਆਸ਼ਕ ਮੌਜੂਦ ਨੇ, ਲੇਕਿਨ ਉਹਨਾਂ ਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ। ਕੈਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨਾਲ ਮੁਹੱਬਤ ਕਰਨ ਵਾਲੇ ਬੰਦੇ ਅਲਹਮਦੁਲਿਲਾ ਅਸੀਂ ਸਾਰੇ ਮੌਜੂਦ ਹਾਂ, ਲੇਕਿਨ ਕੈਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਦਾਈ ਦਾ ਨਾਂ ਕਿਸੇ ਬੰਦੇ ਨੂੰ ਯਾਦ ਨਹੀਂ। ਹੈ ਕਿਸੇ ਨੂੰ ਯਾਦ? ਬਈ ਕਿਸੇ ਨੂੰ ਯਾਦ ਹੋਵੇ ਤਾਂ ਉਹ ਖੜ੍ਹਾ ਹੋ ਜਾਏ ਅਤੇ ਆਖੇ ਜੀ ਮੈਨੂੰ ਯਾਦ ਹੈ, ਮੈਂ 100 ਰੁਪਇਆ ਇਨਾਮ ਦਿਆਂਗਾ, 200 ਦੇ ਛੱਡਾਂਗਾ, ਮੈਂ 500 ਵੀ ਆਖਾਂ, 5000 ਵੀ ਆਖਾਂ, ਅਤੇ ਕਿਸੇ ਨੂੰ ਕੋਈ ਯਾਦ ਨਹੀਂ। ਹਾਲਾਂਕਿ ਉਹਦੇ ਨਾਲ ਮੁਹੱਬਤ ਹੈ, ਉਹਦੇ ਅਸੀਂ ਆਸ਼ਕਾਂ ਅਤੇ ਦੀਵਾਨੇ ਹਾਂ, ਲੇਕਿਨ ਉਹਨਾਂ ਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ। ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣਨਾ। ਇਸ ਮਜਮੇ ਦੇ ਅੰਦਰ ਜਿਹੜਾ ਸਭ ਤੋਂ ਛੋਟਾ ਬੱਚਾ ਬੈਠਾ ਜਿਹਦੀ ਛੋਟੀ ਉਮਰ ਹੈ, ਉਸ ਬੱਚੇ ਤੋਂ ਪੁੱਛ ਕੇ, ਬੇਟਾ ਤੂੰ ਦੱਸ ਨਬੀ ਦੀ ਦਾਈ ਦਾ ਨਾਂ ਕੀ ਹੈ, ਉਹ ਤੈਨੂੰ ਬਾਲ ਦੱਸੇਗਾ ਹਲੀਮਾ ਸਾਦੀਆ। ਉੱਚੀ ਆਖੋ ਜ਼ਰਾ, ਮਿਲ ਕੇ ਇੱਕ ਵਾਰੀ ਫੇਰ ਫਰਮਾ ਲਓ। ਬੇਟਾ ਗੱਲਾਂ ਨਾ ਕਰ, ਜ਼ਰਾ ਗੱਲਾਂ ਨਾ ਕਰੋ, ਮਿਹਰਬਾਨੀ ਕਰੋ, ਸ਼ਫਕਤ ਕਰੋ, ਗੱਲਾਂ ਨਾ ਕਰੋ। ਹਾਏ ਹਾਏ ਬਈ, ਇਸ ਮਜਮੇ ਦੇ ਅੰਦਰ ਜਿਹੜਾ ਸਭ ਤੋਂ ਛੋਟਾ ਬਾਲ ਹੈ ਉਹ ਵੀ ਆਖੇਗਾ ਹਲੀਮਾ ਸਾਦੀਆ। ਇਸ ਮਜਮੇ ਦੇ ਅੰਦਰ ਜਿਹੜਾ ਉਮਰ ਰਸ਼ੀਦਾ ਬੰਦਾ, ਬੁੱਢਾ ਆਦਮੀ ਹੈ ਜਿਹਦੀ ਸਭ ਤੋਂ ਜ਼ਿਆਦਾ ਉਮਰ ਹੈ, ਉਸ ਬਾਬੇ ਤੋਂ ਚਿੱਟੀ ਦਾੜੀ ਵਾਲੇ ਕੋਲੋਂ ਪੁੱਛੋ ਕਿ ਬਈ ਹਜ਼ੂਰ ਦੀ ਦਾਈ ਦਾ ਨਾਂ ਦੱਸ, ਉਹ ਤੈਨੂੰ ਆਖੇਗਾ ਹਲੀਮਾ ਸਾਦੀਆ। ਮੇਰਾ ਸਵਾਲ ਹੈ ਵੀ ਕੈਦੇ ਆਜ਼ਮ ਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ, ਅਲਾਮਾ ਸਾਹਿਬ ਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ, ਵਜ਼ੀਰ ਆਜ਼ਮ ਸਾਹਿਬ ਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ, ਵੱਡੀ ਤੋਂ ਵੱਡੀ ਸ਼ਖਸੀਅਤ ਹੋਵੇ ਅਤੇ ਉਹਦੀ ਦਾਈ ਦਾ ਨਾਂ ਕਿਸੇ ਨੂੰ ਯਾਦ ਨਹੀਂ। ਇਹ ਹਜ਼ਰਤ ਹਲੀਮਾ ਸਾਦੀਆ ਦਾ ਨਾਂ ਬੱਚੇ ਬੱਚੇ ਨੂੰ ਯਾਦ ਕਿਉਂ ਹੈ? ਇਹ ਗਲੀ ਗਲੀ ਵਿੱਚ ਰੌਲੇ ਕਿਉਂ ਪੈ ਗਏ? ਇਹ ਮੱਲੇ ਮੱਲੇ ਵਿੱਚ ਇਸ ਗੱਲਬਾਤ ਦੇ ਚਰਚੇ ਕਿਉਂ ਨੇ? ਸਰਕਾਰ ਦੇ ਮਿੰਬਰਾਂ 'ਤੇ ਹਜ਼ੂਰ ਦੀ ਦਾਈ ਦਾ ਤਜ਼ਕਰਾ ਕਿਉਂ ਹੈ? ਹਲੀਮਾ ਸਾਦੀਆ ਦਾ ਤਜ਼ਕਰਾ ਕਿਉਂ ਹੈ? ਉਹਦਾ ਇੱਕ ਜਵਾਬ ਹੈ, ਨਿਸਬਤ ਮਹਿਬੂਬ ਨਾਲ ਹੋ ਗਈ ਹੈ, ਜਿਵੇਂ ਆਪ ਉੱਚਾ ਸੀ ਦਾਈ ਵੀ ਉੱਚੀ ਹੈ।
ਕੋਈ ਸਮਝ ਰਿਹਾ ਮੇਰਾ ਪੈਗਾਮ ਪਹੁੰਚ ਰਿਹਾ ਮੈਂ ਕੀ ਕਹਿਣਾ ਚਾਹੁੰਦਾ? ਮਤਲਬ ਇਹ ਵੀ ਚੰਗਿਆਂ ਨਾਲ ਨਿਸਬਤ ਹੋਵੇ ਤੇ ਬੰਦਾ ਚੰਗਾ ਹੁੰਦਾ, ਭੈੜਿਆਂ ਨਾਲ ਨਿਸਬਤ ਹੋਵੇ ਤੇ ਬੰਦਾ ਭੈੜਾ ਹੁੰਦਾ। ਮੈਂ ਇਹਦੇ ਉੱਤੇ ਇੱਕ ਹੋਰ ਸਾਦੀ ਗੱਲ ਕਰਨਾ, ਹਜ਼ਰਤ ਸ਼ੇਖ ਸਾਦੀ ਰਹਿਮਤੁੱਲਾ ਅਲੈ ਅੱਲਾ ਦੇ ਬਲੀ ਸਨ, ਅੱਲਾ ਦੇ ਬਜ਼ੁਰਗ ਸਨ, ਉਹਨਾਂ ਦੀਆਂ ਕਿਤਾਬਾਂ ਪੜ੍ਹਨ ਤੋਂ ਬਗੈਰ ਬੰਦੇ ਅੱਜ ਵੀ ਆਲਮੇ ਦੀਨ ਨਹੀਂ ਬਣਦੇ। ਫਾਰਸੀ ਬਕਾਇਦਾ ਪੜ੍ਹਾਈ ਜਾਂਦੀ ਸੀ ਕਿਸੇ ਜ਼ਮਾਨੇ 'ਚ, ਹੁਣ ਹਾਲਾਤ ਤਬਦੀਲ ਹੋ ਗਏ। ਹਜ਼ਰਤ ਸ਼ੇਖ ਸਾਦੀ ਸਰਕਾਰ ਹਮਾਮ ਉੱਤੇ ਨਹਾਉਣ ਵਾਸਤੇ ਗਏ, ਹਮਾਮ 'ਤੇ ਗੁਸਲ ਕਰਨ ਵਾਸਤੇ ਗਏ। ਹਜ਼ਰਤ ਸ਼ੇਖ ਸਾਦੀ ਦਾ ਜਿਹੜਾ ਦੌਰ ਸੀ, ਉਸ ਦੌਰ ਦੇ ਅੰਦਰ ਸਾਬਣ ਕੋਈ ਨਹੀਂ ਸੀ ਹੁੰਦੀ, ਸ਼ੈਂਪੂ ਕੋਈ ਨਹੀਂ ਸੀ ਹੁੰਦਾ। ਉਦੋਂ ਬੰਦੇ ਨਹਾਉਂਦੇ ਸਨ ਮਿੱਟੀ ਨਾਲ। ਕੋਈ ਤਵੱਜੋ ਨਾਲ ਗੱਲ ਸੁਣ ਰਿਹਾ ਮੈਂ ਕੀ ਆਖਿਆ? ਮੇਰੇ ਵੱਲ ਸਾਰੇ ਹਜ਼ਰਾਤ ਪਵੋ, ਮੈਂ ਜ਼ਰਾ ਤਰਤੀਬ ਨਹੀਂ ਬਣਾਈ, ਮੈਨੂੰ ਸੈਟਿੰਗ ਵੀ ਆਉਂਦੀ ਹੈ। ਆ ਪਿੱਛੇ ਜਿਹੜੇ ਬੰਦੇ ਹਰਕਤ ਸ਼ਰਕਤ ਕਰਦੇ ਨੇ, ਮੈਨੂੰ ਪਤਾ ਲੱਗਦਾ ਉਹਦਾ ਵੀ, ਮੈਨੂੰ ਹਰ ਗੱਲ ਦਾ ਪਤਾ ਲੱਗਦਾ। ਮੈਂ ਪੁਰਾਣਾ ਸਰਕਾਰ ਦਾ ਗੁਲਾਮ ਹਾਂ, ਲੇਕਿਨ ਮੈਂ ਤਰਤੀਬ ਨਹੀਂ ਅਤੇ ਬਗੈਰ ਕਿਸੇ ਗੱਲ ਤੋਂ ਗੱਲ ਸ਼ੁਰੂ ਕਰ ਦਿੱਤੀ ਹੈ, ਅਤੇ ਮਿਹਰਬਾਨੀ ਫਰਮਾਓ। ਸਿਆਣਾ ਬੰਦਾ ਜਿੱਥੇ ਪਵੇਗਾ ਉਹ ਮੈਨੂੰ ਦੁਆ ਦੇਵੇਗਾ ਕੱਲ੍ਹ ਨੂੰ, ਹੋਛੇ ਬੰਦੇ ਦਾ ਮੈਂ ਖਤੀਬ ਹੀ ਕੋਈ ਨਹੀਂ, ਅਤੇ ਸੋਹਣੀਆਂ ਗੱਲਾਂ ਕਰਨੀਆਂ ਅਤੇ ਪਿਆਰੇ ਸਾਰੇ ਹਜ਼ਰਤ ਵਜੋਂ ਫਰਮਾਓ, ਤਾਰਨਾ ਤੋੜੋ, ਤੁਹਾਡੀ ਮਿਹਰਬਾਨੀ ਹੈ। ਮੈਂ ਆਹਨਾ ਹਜ਼ਰਤ ਸ਼ੇਖ ਸਾਦੀ ਦਾ ਜਿਹੜਾ ਜ਼ਮਾਨਾ ਸੀ, ਉਦੋਂ ਸਾਬਣ ਕੋਈ ਨਹੀਂ ਸੀ ਹੁੰਦੀ, ਉਦੋਂ ਸ਼ੈਂਪੂ ਵੀ ਨਹੀਂ ਸੀ ਹੁੰਦਾ, ਉਦੋਂ ਬੰਦੇ ਕਿਹੜੀ ਸ਼ਹਿਰ ਨਾਲ ਨਹਾਉਂਦੇ ਸਨ? ਮਿੱਟੀ ਨਾਲ। ਮੈਂ ਆਪਣੀ ਅੱਖਾਂ ਨਾਲ ਬੰਦੇ ਲੱਸੀ ਨਾਲ ਨਹਾਉਂਦੇ ਵੇਖੇ ਨੇ। ਮੇਰੀ ਬਾਲਾਂ ਨਾਲ ਗੁਫ਼ਤਗੂ ਨਹੀਂ, ਛੋਹਰਾਂ ਨਾਲ ਨਹੀਂ, ਮੈਂ ਉਮਰ ਰਸ਼ੀਦਾ ਬੰਦਿਆਂ ਨਾਲ ਮੁਖਾਤਬ ਹਾਂ। ਮੈਂ 45 ਸਾਲ ਦਾ ਆਦਮੀ ਹਾਂ, ਮੇਰੇ ਬਚਪਨ ਜ਼ਮਾਨੇ ਵਿੱਚ ਮੈਂ ਅੱਖਾਂ ਨਾਲ ਵੇਖੇ ਹੈ, ਮੈਂ ਸੁਣੀ ਗੱਲ ਨਹੀਂ ਕਰਦਾ। ਬੰਦੇ ਲੱਸੀ ਲੈ ਕੇ ਐਵੇਂ ਵਾਲਾਂ ਵਿੱਚ ਪਾ ਕੇ ਨਹਾਉਂਦੇ ਸਨ, ਕਿਉਂਕਿ ਸ਼ੈਪੂ ਹੁੰਦਾ ਨਹੀਂ ਸੀ, ਇਹਦੇ ਨਾਲ ਵਾਲ ਮੁਲਾਇਮ ਹੋ ਜਾਂਦੇ ਸਨ। ਯਾਨੀ ਉਹ ਦੌਰ ਦੀ ਗੱਲ ਪਿਆ ਕਰਨਾ ਜਦੋਂ ਬੰਦੇ ਸਾਬਣ ਨਾਲ ਲਾਉਂਦੇ ਸਨ। ਆਹ ਬੁੱਢੇ ਬੰਦੇ ਮੇਰੇ ਨਾਲ ਜ਼ਰਾ ਮਾਸ਼ਾਅੱਲਾ ਰਲ ਜਾਓ, ਬੰਦੇ ਗਾਚਣੀ ਨਾਲ ਲਾਉਂਦੇ ਸਨ। ਬੋਲੋ ਵੀ ਸਹੀ। ਜਿਹੜਾ ਬੰਦਾ ਨਹੀਂ ਨਾ ਬੋਲ ਰਿਹਾ, ਮੈਂ 2-4 ਮਿੰਟਾਂ ਤੋਂ ਬਾਅਦ ਉਹਨੂੰ ਖੜਾ ਕਰਾਂਗਾ, ਉਹਦੇ ਕੋਲੋਂ ਦੁਆ ਕਨੋਤ ਵੀ ਸੁਣਾਂਗਾ, ਜਨਾਜ਼ੇ ਵਾਲੀ ਦੁਆ ਵੀ ਸੁਣਾਂਗਾ। ਉਹ ਤੈਨੂੰ ਆਉਣੀ ਨਹੀਂ, ਇੱਜ਼ਤ ਬਚਾ ਅਤੇ ਸੁਭਾਨ ਅੱਲਾ ਆਖੋ ਅਤੇ ਸਾਰੇ ਆਖੋ। ਸੁਣ ਰਹੇ ਹੋ ਤਵੱਜੋ ਨਾਲ? ਮੇਰੇ ਵੱਲ ਤਵੱਜੋ ਨਾਲ, ਜ਼ਰਾ ਧਿਆਨ ਨਾਲ ਸੁਣੋ ਮੇਰੀਆਂ ਗੱਲਾਂ, 2-4 ਹੀ ਮੈਂ ਕਰਨੀਆਂ ਨੇ। ਮੈਂ ਅਰਜ਼ ਕਰਨਾ ਚਾਹੁੰਦਾ, ਬੰਦੇ ਗਾਚਣੀ ਨਾਲ ਲਾਉਂਦੇ ਨੇ, ਅਤੇ ਉਹ ਦੌਰ ਦੀ ਗੱਲ ਪਿਆ ਕਰਨਾ ਜਦੋਂ ਬੰਦੇ ਮਿੱਟੀ ਨਾਲ ਲਾਉਂਦੇ ਸਨ। ਹਜ਼ਰਤ ਸ਼ੇਖ ਸਾਦੀ ਫਰਮਾਉਂਦੇ ਨੇ, ਸ਼ਰਾਜੀ ਪਾਕ ਉਹ ਫਰਮਾਉਂਦੇ ਨੇ, ਮੈਂ ਹਮਾਮ 'ਤੇ ਨਹਾਉਣ ਵਾਸਤੇ ਗਿਆ ਮਿੱਟੀ ਨਾਲ, ਫਿਰ ਮੈਂ ਮਿੱਟੀ ਸਿਰ 'ਤੇ ਲਾਈ ਨਹਾਉਣ ਵਾਸਤੇ, ਉਸ ਮਿੱਟੀ 'ਚੋਂ ਖੁਸ਼ਬੂ ਸ਼ੁਰੂ ਹੋ ਗਈ। ਨਿਸਬਤ ਜ਼ਿਹਨ ਵਿੱਚ ਰੱਖਣਾ, ਉਹ ਮਿੱਟੀ ਵਿੱਚੋਂ ਕੀ ਸ਼ੁਰੂ ਹੋ ਗਈ? ਖੁਸ਼ਬੂ। ਉਹ ਫਰਮਾਉਂਦੇ ਨੇ, ਜਦੋਂ ਮਿੱਟੀ ਵਿੱਚੋਂ ਖੁਸ਼ਬੂ ਸ਼ੁਰੂ ਹੋਈ ਨਾ, ਤਾਂ ਮੈਂ ਮਿੱਟੀ ਨੂੰ ਹੱਥ ਉੱਤੇ ਚੁੱਕ ਲਿਆ, ਅਤੇ ਚੁੱਕ ਕੇ ਮੈਂ ਆਖਿਆ ਵੀ ਤੂੰ ਮਿੱਟੀ ਹੈ, ਤੇਰੇ ਵਿੱਚੋਂ ਖੁਸ਼ਬੂ ਕਿਉਂ? ਜਿਹੜੇ ਬੰਦੇ ਵਿੱਚ ਖੁਸ਼ਬੂ ਹੋਏ ਬੰਦਾ ਬੋਲੇ, ਤੂੰ ਮਿੱਟੀ ਹੈ, ਮਿੱਟੀ ਵਿੱਚ ਖੁਸ਼ਬੂ ਕਿਵੇਂ? ਔਰ ਖੁਸ਼ਬੂ ਆ ਰਹੀ ਹੈ ਗੁਲਾਬ ਦੇ ਫੁੱਲਾਂ ਦੀ, ਹਾਲਾਂਕਿ ਤੂੰ ਮਿੱਟੀ ਹੈ। ਤੂੰ ਮਿੱਟੀ ਹੈ ਅਤੇ ਤੇਰੇ ਵਿੱਚੋਂ ਖੁਸ਼ਬੂ ਕਿਵੇਂ? ਖੁਸ਼ਬੂ ਤੇਰੇ ਵਿੱਚੋਂ ਕਿਵੇਂ ਪੈਦਾ ਹੋ ਗਈ? ਤੂੰ ਮਿੱਟੀ ਹੈ। ਉਹ ਮਿੱਟੀ ਕਹਿਣ ਲੱਗੀ, ਸੋਹਣਿਆ ਰੱਬਾ, ਜੇ ਮੈਨੂੰ ਜ਼ੁਬਾਨ ਦੇਵੇ ਨਾ, ਤੇਰੇ ਪਿਆਰੇ ਨਾਲ ਗੱਲ ਨਾ ਕਰਾਂ। ਅੱਲਾ ਜ਼ੁਬਾਨ ਦਿੱਤੀ ਅਤੇ ਮਿੱਟੀ ਬੋਲੀ, ਪਿਆਰਿਆਂ ਨਾਲ ਬੋਲ ਪੈਂਦੀ ਹੈ, ਪਿਆਰਿਆਂ ਨਾਲ ਹਰਸ਼ਾਹੀ ਬੋਲ ਪੈਂਦੀ ਹੈ। ਅੱਲਾ ਦਾ ਬੰਦਾ ਹੋ ਜਾਏ ਤੇ ਕਾਇਨਾਤ ਸਾਰੀ ਗੁਲਾਮ ਹੋ ਜਾਂਦੀ ਹੈ। ਪਿਆਰਿਆ ਜਦੋਂ ਅੱਲਾ ਦਾ ਬੰਦਾ ਬਣ ਜਾਏ ਤੇ ਕਾਇਨਾਤ ਸਾਰੀ ਉਹਦਾ ਇਹਤਰਾਮ ਕਰਦੀ ਹੈ। ਮਿੱਟੀ ਬੋਲੀ, ਕਹਿਣ ਲੱਗੀ, ਸ਼ੇਖ ਸਾਦੀ, ਮੈਂ ਮਿੱਟੀ ਹਾਂ ਅਤੇ ਮੇਰੇ ਵਿੱਚ ਖੁਸ਼ਬੂ ਨਹੀਂ ਸੀ ਆਉਣੀ ਚਾਹੀਦੀ, ਲੇਕਿਨ ਮੇਰਾ ਤਲਕ ਕੁਝ ਅਰਸਾ ਇੱਕ ਗੁਲਾਬ ਦੇ ਫੁੱਲ ਦੇ ਬੂਟੇ ਨਾਲ ਰਿਹਾ ਹੈ। ਜਿੱਥੇ ਫੁੱਲ ਸੀ ਥੱਲੇ ਮੈਂ ਸਾਂ, ਅਤੇ ਮੈਂ ਰਹਿੰਦੀ ਸਾਂ ਗੁਲਾਬ ਦੇ ਫੁੱਲ ਦੇ ਨਾਲ, ਮੇਰੀ ਨਿਸਬਤ ਸੀ ਚੰਗੇ ਨਾਲ, ਉਸ ਚੰਗੇ ਦੀ ਬਰਕਤ ਦੇ ਨਾਲ, ਜਿਵੇਂ ਉਹ ਆਪ ਖੁਸ਼ਬੂ ਵਾਲਾ ਸੀ, ਉਹਦੀ ਨਿਸਬਤ ਨਾਲ ਮੈਨੂੰ ਵੀ ਅੱਲਾ ਖੁਸ਼ਬੂਦਾਰ ਬਣਾ ਦਿੱਤਾ। ਕੋਈ ਗੱਲ ਸਮਝ ਆ ਰਹੀ ਹੈ ਮੈਂ ਕੀ ਪਿਆਨਾ? ਮੈਂ ਇੱਕ ਛੋਟਾ ਜਿਹਾ ਇਸ਼ਾਰਾ ਹੋਰ ਕਰਨਾ, ਤੇਜ਼ ਪੜ੍ਹ ਰਹੇ ਹਾਂ ਅਤੇ ਜਲਦੀ ਜਲਦੀ ਪੇਪਰ ਨਾਲ ਇਸ਼ਾਰਾ ਹੋਰ ਕਰਨਾ। ਪਿਆਜ਼ ਕਿਸੇ ਬੰਦੇ ਵੇਖਿਆ ਜੀ? ਬੋਲਿਓ ਜ਼ਰਾ, ਮੈਂ ਕੀ ਪੁੱਛਿਆ? ਪਿਆਜ਼, ਇਹ ਪਿਆਜ਼ ਕਹਿ ਕੇ ਵੀ ਮੈਂ ਮੁਤਮਿਨ ਨਹੀਂ, ਕਿਉਂਕਿ ਮੈਂ ਪੰਜਾਬੀ ਤਕਰੀਰ ਕਰ ਰਿਹਾ, ਮੈਨੂੰ ਗੰਢਾ ਕਹਿਣਾ ਚਾਹੀਦਾ ਸੀ। ਪਿਆਜ਼, ਜਿਹੜੇ ਬੰਦੇ ਹੱਸੇ ਨੇ ਮੈਨੂੰ ਨਾਰਾਜ਼ਗੀ ਨਹੀਂ, ਕਿਉਂਕਿ ਜਿਹੜੇ ਹੱਸੇ ਨੇ ਉਹਨਾਂ 'ਤੇ ਵੀ ਨਾਰਾਜ਼ਗੀ ਨਹੀਂ, ਜਿਹੜੇ ਤਵੱਜੋ ਨਾਲ ਗੌਰੋ ਫਿਕਰ ਕਰ ਰਹੇ ਨੇ ਮੇਰੇ ਨੁਕਤਿਆਂ 'ਤੇ, ਮੇਰੀ ਵੰਡ 'ਤੇ, ਆਹ ਜਿਹੜਾ ਵਾਲ ਤੋਂ ਖਲ ਲਾ ਕੇ ਵਿੱਚੋਂ ਗੱਲਾਂ ਪਿਆ ਕਰਨਾ, ਉਹਨਾਂ ਬੰਦਿਆਂ ਨੂੰ ਮੇਰਾ ਸਲਾਮ ਹੈ। ਤੁਸੀਂ ਪਿਆਜ਼ ਵੇਖਿਆ ਅਲਹਮਦੁਲਿਲਾ, ਪਿਆਜ਼ ਖਾਧੇ ਵੀ ਨੇ ਅਲਹਮਦੁਲਿਲਾ। ਫਰਮਾਨੇ ਮੁਸਤਫਾ ਏ, ਸਰਕਾਰ ਫਰਮਾਉਂਦੇ ਨੇ ਵੀ ਕੱਚਾ ਗੰਢਾ ਖਾ ਕੇ ਅਤੇ ਕੱਚਾ ਪਿਆਜ਼ ਖਾ ਕੇ ਅਤੇ ਲਸਣ ਖਾ ਕੇ ਮਸਜਿਦ ਵਿੱਚ ਨਾ ਆਓ। ਬਈ ਕੀ ਫਰਮਾਉਂਦੇ ਨੇ ਉਲਮਾ? ਬਈ ਪਿਆਜ਼ ਖਾ ਕੇ ਅਤੇ ਗੰਢਾ ਖਾ ਕੇ ਮਸਜਿਦ ਵਿੱਚ ਨਾ ਆਓ, ਤਾਂ ਕਿ ਮੂੰਹ ਵਿੱਚੋਂ ਪਿਆਜ਼ ਬੂ ਪੈਦਾ ਕਰਦਾ, ਬੂ ਦੀ ਵਜ੍ਹਾ ਨਾਲ ਫਰਿਸ਼ਤੇ ਨਾਰਾਜ਼ਗੀ ਦਾ ਇਜ਼ਹਾਰ ਕਰਦੇ ਨੇ।
ਜਦੋਂ ਵੀ ਮਸਜਿਦ ਵਿੱਚ ਆ ਖੁਸ਼ਬੂ ਲਾ ਕੇ ਆ, ਜਦੋਂ ਵੀ ਮਸਜਿਦ ਵਿੱਚ ਆ ਤੇ ਮੁਸਵਾਕ ਕਰਕੇ ਆ, ਜਦੋਂ ਵੀ ਮਸਜਿਦ ਦੇ ਅੰਦਰ ਆ ਤੇ ਪਾਕ ਸਾਫ਼ ਹੋ ਕੇ ਆ, ਤੂੰ ਰੱਬ ਨਾਲ ਮੁਲਾਕਾਤ ਕਰਨ ਵਾਸਤੇ ਹਾਜ਼ਰ ਹੈ। ਮੈਂ ਗੱਲ ਕਰਨਾ ਚਾਹੁੰਦਾ, ਤਬੀਅਤ ਹਾਜ਼ਰ ਰੱਖਣਾ ਮਿਹਰਬਾਨੀ ਹੈ ਅਤੇ ਬਹੁਤ ਜ਼ਿਆਦਾ ਸ਼ੁਕਰੀਆ, ਅਤੇ ਅੰਦਰੋਂ ਬਹੁਤ ਖੁਸ਼ ਹਾਂ, ਮੈਂ ਕਰੀਬ ਪਹੁੰਚ ਗਿਆ ਆਪਣੀ ਮੰਜ਼ਿਲ ਦੇ, ਪੈਗਾਮ ਮੈਂ ਪਹੁੰਚਾ ਲਿਆ। ਪਿਆਦ ਵਿੱਚ ਬੂਹ ਏ, ਬੋਲੋ ਪਿਆਦ ਵਿੱਚ ਬੂਹ ਏ, ਉਹ ਜਦੋਂ ਵੀ ਖਾਧਾ ਤਾਂ ਬੂਹ ਏ, ਕੱਚਾ ਜਦੋਂ ਵੀ ਖਾਧਾ ਤਾਂ ਬੂਹ ਏ, ਬਲਕਿ ਪਿਆਦ ਨੂੰ ਕੱਟਿਆ ਜਾਏ ਤਾਂ ਮੈਂ ਬੰਦੇ ਅਤੇ ਬੀਬੀਆਂ ਰੋਂਦੇ ਵੇਖੇ ਨੇ। ਐਸੀ ਕਮਾਲ ਇਹਦੇ ਵਿੱਚ ਕਿ ਬੰਦਿਆਂ ਨੂੰ ਰੁਆ ਛੱਡਦਾ, ਬੀਬੀਆਂ ਨੂੰ ਰੁਆ ਛੱਡਦਾ, ਇਹਦੇ ਅੰਦਰ ਬੂਹ ਏ। ਲੇਕਿਨ ਇਸੇ ਪਿਆਦ ਨੂੰ ਜਦੋਂ ਦੇਸੀ ਘੀ ਵਿੱਚ ਪਾ ਕੇ ਤੜਕਾ ਲਾ ਦੇਈਏ ਨਾ, ਇਹਦੀ ਬੂਹ ਮਰ ਜਾਂਦੀ ਹੈ। ਬੂਹ ਮਰਦੀ ਉਦੋਂ ਹੈ ਜਦੋਂ ਚੰਗੇ ਦਾ ਤੜਕਾ ਲੱਗ ਜਾਏ। ਆ ਬੋਲੋ ਵੀ ਸਹੀ ਹੋ ਯਾਰ। ਮੈਂ ਆਹਨਾ ਕਿ ਪਿਆਦ ਵਿੱਚ ਬੂਹ ਹੈ, ਲੇਕਿਨ ਇਸੇ ਪਿਆਦ ਨੂੰ ਜਦੋਂ ਦੇਸੀ ਘੀ ਦਾ ਤੜਕਾ ਲੱਗ ਜਾਏ, ਇਹਦੇ ਵਿੱਚ ਬੂਹ ਮੁੱਕ ਗਈ। ਇਹਦੇ ਵਿੱਚ ਕੀ ਮੁੱਕ ਗਈ? ਬੂਹ। ਇਹ ਮੈਂ ਆਪ ਆਹਨਾ ਜਾਂ ਤਜਰਬਾ ਫਰਮਾਇਆ? ਜੇ ਫਰਮਾ ਲਿਆ ਜੇ ਨਾ ਤਜਰਬਾ, ਇਹਦੀ ਬੂਹ ਮੁੱਕ ਗਈ ਦੇਸੀ ਘੀ ਦਾ ਤੜਕਾ। ਅੱਜ ਕੱਲ੍ਹ ਦੇਸੀ ਕੋਈ ਨਹੀਂ। ਮੈਂ ਕਿਉਂਕਿ ਉਦੋਂ ਜੰਮਿਆ ਜਦੋਂ ਨਾ ਭੈਣ ਹੁੰਦੀ ਸੀ ਅਤੇ ਨਾ ਭਰਾ ਹੁੰਦਾ ਸੀ। ਮੈਂ ਅੱਜ ਲਾਹੌਰ ਜੁਮਲਾ ਆਖਿਆ ਅਤੇ ਸਾਰੇ ਉਲਾਮਾ ਹਕਾ ਤਸ਼ਰੀਫ ਫਰਮਾ ਸਨ, ਬਾਬੇ ਆ ਬਗਦਾਦੀ ਬੈਠਾ ਸੀ ਅਤੇ ਅਲਾਮਾ ਡਾਕਟਰ ਖਾਦਮ ਹੁਸੈਨ ਸਾਹਿਬ ਬੈਠੇ ਸਨ, ਮੁਫਤੀ ਇਕਬਾਲ ਚਿਸ਼ਤੀ ਸਾਹਿਬ ਬੈਠੇ ਸਨ, ਬਾਬਾ ਸ਼ਮਸੁਦੀਨ ਬੁਖਾਰੀ ਸਾਹਿਬ ਬੈਠੇ ਸਨ, ਮੁਨਾਜ਼ਰੇ ਇਸਲਾਮ ਬੈਠੇ ਸਨ ਅਤੇ ਢੇਰ ਸਾਰੇ ਉਲਾਮਾ ਹਕਾ ਬੈਠੇ ਸਨ। ਮੈਂ ਗੱਲ ਉੱਥੇ ਦਾਤਾ ਸਾਹਿਬ ਆਖੀ ਅਤੇ ਬੰਦਿਆਂ ਮਜ਼ਾ ਲਿਆ, ਉਲਾਮਾ ਮੈਨੂੰ ਦੁਆ ਦਿੱਤੀ। ਮੈਂ ਆਖਿਆ ਮੈਂ ਉੱਧਰ ਜੰਮਿਆ 45 ਸਾਲ ਪਹਿਲੇ ਦਾ ਜੋ ਜੰਮਿਆ, ਨਾ ਭੈਣ ਹੁੰਦੀ ਸੀ ਅਤੇ ਨਾ ਭਰਾ ਹੁੰਦਾ ਸੀ। ਮੈਨੂੰ ਆਂਦਾ ਡੋਗਰ ਸਾਹਿਬ ਤੇਰੀਆਂ ਗੱਲਾਂ 'ਚ ਨੁਕਤੇ ਬੜੇ ਹੁੰਦੇ ਨੇ, ਇਹ ਵਿੱਚ ਕੀ ਨੁਕਤਾ ਹੈ? ਮੈਂ ਆਖਿਆ ਚਾਹ ਵੀ ਨਹੀਂ ਸੀ ਹੁੰਦੀ ਅਤੇ ਡਾਲਟਾ ਵੀ ਨਹੀਂ ਸੀ ਹੁੰਦਾ, ਇਹ ਭੈਣ ਭਰਾ ਹੁਣ ਮੱਥੇ ਲੱਗੇ ਨੇ। ਇਹੀ ਵਜ੍ਹਾ ਆ ਜਿਹੜਾ ਬੰਦਾ ਬੈਠਾ ਆ ਬਾਬਾ, ਇਹਦਾ ਮੂੰਹ ਵੀ ਵੇਖ ਲੈ ਅਤੇ ਸਾਡਾ ਵੀ ਵੇਖ ਲੈ, ਆਹ ਮੇਰੇ ਭਰਾਵਾਂ ਦਾ ਵੀ ਵੇਖ ਲੈ ਜਿਹਨਾਂ ਮੇਰੇ ਨਾਲ ਪੜ੍ਹਨਾ, ਸਾਡੀਆਂ ਬੂਥੀਆਂ ਵੀ ਵੇਖ ਲਓ ਅਤੇ ਬਾਬਿਆਂ ਦੀਆਂ ਵੀ ਵੇਖ ਲਓ, ਜਿੱਦਾਂ ਦੀ ਖੁਰਾਕ ਖਾਣੀ ਹੈ ਉਂਝ ਦਾ ਹੀ ਆਉਣਾ ਨਾ। ਮੈਂ ਆਹਨਾ ਇਹ ਪਿਆਦ ਜਿਹਦੇ ਅੰਦਰ ਬੋ ਪਾਈ ਜਾਂਦੀ ਹੈ, ਇਹਦੀ ਨਿਸਬਤ ਜਦੋਂ ਹੋ ਗਈ ਹੈ ਦੇਸੀ ਘਿਓ ਨਾਲ ਅਤੇ ਲੱਗ ਗਿਆ ਤੜਕਾ, ਇਹਦੀ ਬੂਹ ਮੁੱਕ ਗਈ ਹੈ। ਮੈਂ ਹੱਥ ਬੰਨ ਕੇ ਮਿੰਨਤ ਪਿਆ ਕਰਨਾ, ਜੇ ਬੂਹ ਮੁਕਾਉਣਾ ਚਾਹੁੰਦਾ ਨਾ, ਕਿਸੇ ਵਲੀ ਦੇ ਕਰੀਬ ਹੋ ਜਾ, ਤੇਰੀ ਬੂਹ ਮੁਕਾ ਛੱਡੇਗਾ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਉਲਮਾਏ ਹੱਕ ਅਹਿਲੇ ਸੁਨਨਤ। ਸੁਣ ਲਿਓ ਜਨਾਬ, ਬੂਹਾਂ ਢੇਰ ਸਾਰੀਆਂ ਹੁੰਦੀਆਂ ਨੇ, ਇਹ ਨਹੀਂ ਕਿ ਬੰਦੇ ਵਿੱਚ ਬੂਹ ਹੁੰਦੀ ਹੈ, ਬੰਦੇ ਵਿੱਚ ਭੈੜੇ ਅਕੀਦਿਆਂ ਦੀ ਬੂਹ ਪਾਈ ਜਾਂਦੀ ਹੈ। ਇੱਕ ਬੰਦਾ ਮੈਂ ਵੇਖਿਆ ਜਨਾਬ, ਉਹਦੇ ਵਿੱਚ ਬੂਹ ਸੀ ਕੀ ਦੀ? 4 ਯਾਰਾਂ ਦੀ। ਮੈਂ ਆ ਗਿਆ ਬੂਹ ਆਉਂਦੀ ਹੈ, ਹਾਏ ਉਹ ਮੇਰਾ ਰੱਬਾ, ਕਿਹਨੂੰ ਸਮਝਾਵਾਂ ਬਈ? ਬੰਦਾ ਹੱਥ ਸਾਡੇ ਜੈਸੇ, ਪੈਰ ਸਾਡੇ ਜੈਸੇ, ਬੰਦਾ ਤੇ ਸਾਡੇ ਮਹੱਲੇ ਵਿੱਚ ਰਹਿਣ ਵਾਲਾ ਤੇ ਸਾਡਾ ਮੁਸਲਮਾਨ ਭਰਾ, ਤੇ ਵਿੱਚ ਬੂਹ ਕਿਹੜੀ ਸ਼ਾਇਦ ਦੀ? ਨਬੀ ਦੇ 4 ਯਾਰਾਂ ਦੀ ਗੁਸਤਾਖੀ ਦੀ ਬੂਹ। ਕਈ ਬੰਦੇ ਮੈਂ ਵੇਖੇ ਨਾ ਉਹਦੇ ਵਿੱਚ ਹੁਸੈਨ ਪਾਕ ਦੇ ਬੁਗਜ਼ ਦਾ ਬੂਬੂ, ਕਈ ਬੰਦੇ ਵੇਖੇ ਨਾ ਉਹਦੇ ਵਿੱਚ ਹੈਦਰੇ ਕਰਾਰ ਦੇ ਬੁਗਜ਼ ਦੀ ਬੂਹ। ਉਹ ਬੂਹ ਅਗਰ ਮੁਕਾਉਣਾ ਚਾਹੁੰਦਾ, ਇੱਕੋ ਹੀ ਤਰੀਕਾ ਹੈ, ਮੁਰਸ਼ਦ ਕੋਈ ਬਾਮਲ ਪਕੜ ਲੈ, ਤੇਰੇ ਵਿੱਚ ਭੈੜੀ ਬੂਹ ਖਤਮ ਹੋ ਜਾਏਗੀ, ਅਕੀਦੇ ਦੀ ਖੁਸ਼ਬੂ ਜਾਰੀ ਹੋ ਜਾਏਗੀ। ਮੈਂ ਇੱਕ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਅਤੇ ਫਿਰ ਇੱਕ ਛੋਟੀ ਜਿਹੀ ਛੋਟਾ ਜਿਹਾ ਵਾਕਿਆ ਸੁਣਾਉਣਾ ਚਾਹੁੰਦਾ ਅਤੇ ਮੇਰੀ ਤਕਰੀਰ ਹੈ, ਇੱਕ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ। ਇਹ ਵਲੀ ਕੋਲ ਕਿਉਂ ਜਾਣਾ? ਤਰਬੀਅਤ ਵਾਸਤੇ। ਬੋਲੋ ਕਿਹੜੀ ਸ਼ਾਹ ਵਾਸਤੇ? ਅਸਾਂ ਜਿਹੜੇ ਆ ਜ਼ਹਿਰੀ ਇਲਮ ਵਾਲੇ ਬੰਦੇ ਆ ਨਾ, ਤਕਰੀਰਾਂ ਕਰਨ ਵਾਲੇ, ਉਲਾਮਾਏ ਹੱਕਾ, ਅਤੇ ਜਾਂ ਆ ਜਿਹੜੇ ਮਸਜਿਦ ਦਾ ਇਮਾਮ ਜਾਂ ਕੋਈ ਆਲਮੇ ਦੀਨ, ਅਸੀਂ ਜਿਹੜੇ ਹਾਂ, ਸਾਡੀ ਮਿਸਾਲ ਹੈ ਦੁੱਧ ਦੀ। ਅਸਾਂ ਕੁਰਾਨੋ ਸੁਨਤ ਦਾ ਇਲਮ ਪੜ੍ਹ ਕੇ ਦੁੱਧ ਤਿਆਰ ਕਰ ਲਿਆ, ਲੇਕਿਨ ਦੁੱਧ ਉਸ ਵਕਤ ਤੱਕ ਉਹਦੇ ਵਿੱਚੋਂ ਕੱਖ ਨਹੀਂ ਜੇ ਜੰਮਦਾ, ਉਹਦੇ ਵਿੱਚੋਂ ਮੱਖਣ ਨਹੀਂ ਜੇ ਨਿਕਲਦਾ ਜਦ ਤੱਕ ਉਹਦੇ ਵਿੱਚ ਜਾਗ ਨਾ ਲੱਗੇ। ਤੂੰ ਜ਼ਹਿਰੀ ਇਲਮ ਪੜ੍ਹ ਕੇ ਆਪਣਾ ਦੁੱਧ ਤੇ ਤਿਆਰ ਕਰ ਲਿਆ, ਹੁਣ ਬਾਬਾ ਫਰੀਦ ਜੈਸੇ ਬੰਦੇ ਕੋਲੋਂ ਜਾਗ ਲਗਾ, ਇਹ ਲੱਲਾ ਦੀ ਮਦਾਣੀ ਪਾ ਤੇ ਤਹੱਜਤ ਵੇਲੇ ਮਦਾਣੀ ਰਿੜਕ, ਤੇ ਫਿਰ ਪਤਾ ਲੱਗੇਗਾ ਇਸ ਦੁੱਧ ਵਿੱਚੋਂ ਨਿਕਲਦਾ ਕੀ ਹੈ। ਕੋਈ ਸਮਝ ਰਿਹਾ ਮੈਂ ਕੀ ਪਿਆ ਨਾ? ਵਲੀ ਕੋਲ ਜਾਣਾ ਤਰਬੀਅਤ ਵਾਸਤੇ।
میں سمجھنا اولاد دی تربیت ماں باپ بھی کر سکتے ہیں اگر کرنا چاہ. حضرت بابا فرید اچھا تربیت کی ماں باپ کی کر سکتے ہیں؟ تسی میرے نال رل جائیو جی میں ٹھیک پیا نہ ہوا تو نہ آخا تو مجھے ٹوک دئیو. مجھے اس گل کی ناراضگی کوئی نہیں. میں نماز پڑھا نا, میں نماز پڑھتا ہوا. میرا سب تو چھوٹا بچہ جڑا اجے نماز دی وقفیت ہی نہیں رکھتا وہ بھی نال پڑھنا شروع کر دیندا پویں ٹوپیاں نال کھیلے تے پویں پاس دفعہ ایسا ہوے بھی میرے میں سجدہ کراں تو میرے سامنے ہی لیٹ جائے کسی ویلے اتنے بہ جائے حالانکہ انہوں نماز کا پتا نہیں لیکن میں جو پڑھنی شروع کی ہے تو بال نے پڑھنی شروع کر دیتی ہے. اچھا میں نماز پڑھا تو بال نماز پڑھے گا, میں عبادت کرا تو بچہ عبادت کرے گا, میں نیکی کا کام کرا تو بچہ نیکی کا کام کرے گا, میں کھانا بسم اللہ شریف پڑھ کے شروع کرا تو بال بھی جدو کوئی شک کھائے گا بسم اللہ پڑھے گا. یہ کیویں ہو سکتا ہے کہ تو آپ شراب پیویں تو ذہن وچ خیال رکھے کہ میرا منڈا اللہ کرے شرابی نہ بنے. نہ بنے شرابی جی چاہنا نہ شرابی نہ بنے. پھر ایک ہی طریقہ ہے یہ سامنے شراب نہ پی, کیونکہ شراب پینا یہ جرم ہے یہ گناہ ہے یہ یزید دا طریقہ ہے. تو یزید دا غلام نہیں, تو مرشد حسین دا غلام ہے. میں تربیت دسنا چاہنا ماں باپ دی, ذرا تربیت ذہن وچ رکھنا. حضرت بابا فرید پاک دی والدہ محترمہ نے جناب فرید نو فرمایا بیٹا نماز پڑھیا کر. کی پڑھیا کر؟ اچھی آخو کی پڑھیا کر؟ میں کوئی ایتھے ہن جماعت نہیں کرانی, پریشان نہ ہوو کیونکہ نماز دا موضوع شروع کر لو تے ساڈے جڑے کئی بریلوی انہاں دی مٹھیاں کٹیاں جاندیاں بھائی مولوی پھر آ گیا اپنی آئی تے. میں نہیں جماعت کرانی, جنہیں پڑھی ہے خوش نصیبی ہے, جنہیں نہیں پڑھی محفل تو بعد بھی پڑھو, ہن بھی چپ کر کے جاؤ وضو کر کے نماز پڑھو. حضور نے فرمایا جڑا عشاء دی نماز با جماعت پڑھے تے ساری رات ستا رہے تے صبح دی نماز پھر با جماعت پڑھے. صحابہ عرض کیتی آقا مقام کیویں ملے گا؟ فرمایا جڑا عشاء وی جماعت نال پیا پڑھدا ہے تے صبح دی جماعت نال پیا پڑھدا ہے او دا ساری رات دا سونا اللہ آندا جے میں عبادت وچ نہ لکھا تے مینوں محمد دا رب کون آکھے گا؟ بابا فرید دی ماں نے فرمایا بیٹا نماز پڑھیا کر. فرید دی عمر چھوٹی سی بابا جی دی, ارشاد فرما دے اما بندہ نماز پڑھے تے اللہ کی دے گا. ماں نے ہن طریقے نال تربیت کیتی, شکر نال بڑی محبت سی آپ نو. فرما دے بندہ نماز پڑھے تے اللہ شکر دے گا. جڑا اچھی سبحان اللہ کرے شکر کھانی نصیب ہوے آکھو ٹھیلا بولے گا تے شکر کھان جوگا نہیں رہے گا. اگے کوئی نعمت ملتی سی بندے آدھے سی اللہ دا شکر ہے, ہن جیڑی کوئی شے سامنے آ جائے تے بندے آدھے میں نہیں کھانی مینوں شوگر ہے. میں اللہ سبحان اللہ اچھی آک کدی شوگر ہوے گی نہیں, شکر کھائے گا اللہ دے فضل اللہ. فرید پاک فرما دے اما بندہ نماز پڑھے تھی اللہ کی دے گا. فرمایا شکر. اے ماں نے کی کیتی بولو؟ تربیت. کی کیتی بولو؟ ذرا مل کے آخو کی کیتی؟ تربیت. یعنی ماں اگر انج تربیت کرے گی تے بیٹا نمازی بنے گا. اج کل ماوا جویں تربیت پیا کر دیاں تے ابا جویں تربیت پیا کردا مینوں پتا ہے الحمدللہ میں آپ ابا ہوں, آپ کسی دا پتر بھی ساں, ہن الحمدللہ باقاعدہ ابا بھی ہاں. میں او پیریڈ بھی ویکھیا جدو میں پتر ساں تے کوئی میرا ابا سی, اللہ او دی قبر تے کروڑا رحمتہ نازل کرے. ہن میرے اگے بچے تے میں ابا. اج کل تربیت کی پی ہوندی ہے؟ ابے کول جدوں جاؤ تے امی کول جدوں جاؤ, جدوں امی کول پو ایکو ہی گل کر دی ہے. او دا کہ پتر اے نام سائیاں تو بے شک پوچھ کے ویکھ لا اپنی ماسیاں تو میں کوئی ایویں ہوندی سا, اے تے پتہ نہیں کس یزید نال میرا واہ پیا. کمال دا منڈا ہے جڑا پیو نو یزید خوا کے بھی برداشت پیا کردا. میں واسطہ قرآن دا پیا پانا, تینوں قرآن دیتی سپاریاں دا واسطہ. ماں دا حق نہیں بنتا کہ باپ دے خلاف اولاد دی تربیت کرے, تے باپ دا حق بھی نہیں بنتا کہ ماں دی تربیت اولاد دے سامنے ایسی کرے. حق بنتا ماں اولاد دے سامنے او دے ابے دی شان بیان کرے, تے ابا اولاد دے سامنے انہاں دی امی دی شان بیان کرے. جد دونوں ایک دوجے دی شان بیان کرن گے اولاد کسے دی گستاخ نہیں ہوے گی. بندے آخن گے جنہیں جنت نو ماں گھر ویکھنا گھر ویکھ لو. ماں نے تربیت کی تھی, فرمایا بیٹا اگر بندہ نماز پڑھے تو اللہ کی دیندا ہے؟ اچھی آخو ذرا مل کے فرماؤ.
ਜਰਾ ਸਾਰੇ ਸਾਥੀ ਨਹੀਂ ਬੋਲੇ, ਹਰ ਬੰਦੇ ਦੀ ਆਵਾਜ਼ ਆਏ ਕੀ ਦਿੰਦਾ ਬੋਲੋ, ਸ਼ੱਕਰ ਦਿੰਦਾ। ਫਰੀਦ ਪਾਕਾਂ ਦੇ ਨੰਮਾ ਅਗਰ ਬੰਦਾ ਅੱਲਾ ਦਿੰਦਾ ਨਾ ਸ਼ੱਕਰ, ਅਤੇ ਮੈਂ ਫਿਰ ਨਮਾਜ਼ ਅਲਹਮਦੁਲਿਲਾ ਅਤੇ ਇਨਸ਼ਾਅੱਲਾ ਅਤੇ ਜ਼ਰੂਰ ਪੜ੍ਹਾਂਗਾ। ਬਚਪਨ ਦੀ ਉਮਰ ਏ, ਛੋਟੀ ਉਮਰ ਮੁਬਾਰਕ ਏ, ਦਿਹਾੜੇ ਉਮਰ ਦੀ ਉਹ ਨੇ ਜਦੋਂ ਅਜੇ ਨਮਾਜ਼ ਫਰਜ਼ ਵੀ ਕੋਈ ਨਹੀਂ, ਅੱਲਾ ਦੇ ਵਲੀ ਨੇ ਅਤੇ ਨਮਾਜ਼ ਪੜ੍ਹਦੇ ਧਿਆਨ ਨਾਲ ਸੁਣਨਾ, ਧਿਆਨ ਫਰਮਾਉਣਾ ਅਤੇ ਜਿਹੜਾ ਗੌਰ ਨਾਲ ਸੁਣਨਾ। ਹੁਣ ਮਾਂ ਨੇ ਤਰੀਕਾ ਕੀ ਇਖਤਿਆਰ ਕੀਤਾ, ਆਪ ਪਾਣੀ ਲਿਆ ਅਤੇ ਆਪ ਹੀ ਬਾਬਾ ਸਾਹਿਬ ਦਾ ਵਜ਼ੂ ਕਰਾਇਆ, ਅਤੇ ਵਜ਼ੂ ਕਰਾ ਕੇ ਆਪ ਹੀ ਮੁਸੱਲਾ ਵਿਛਾਇਆ, ਅਤੇ ਆਪ ਹੀ ਥੱਲੇ ਸ਼ਕਰ ਦੀ ਪੁੜੀ ਰੱਖ ਦਿੱਤੀ, ਅਤੇ ਫਰੀਦ ਨੇ ਨਮਾਜ਼ ਪੜ੍ਹੀ, ਅਤੇ ਜਦੋਂ ਨਮਾਜ਼ ਮੁਕੰਮਲ ਹੋ ਗਈ ਅਤੇ ਬਾਬਾ ਜੀ ਸਰਕਾਰ ਨੇ ਚੁੱਕਿਆ ਨਾ ਮੁਸੱਲਾ, ਅਤੇ ਥੱਲੇ ਸ਼ਕਰ ਦੀ ਪੁੜੀ, ਨਮਾਜ਼ਾਂ ਪੜ੍ਹੀਆਂ ਪੰਜ, ਸ਼ਕਰ ਮਿਲੀ ਪੰਜ ਟਾਈਮ, ਅਤੇ ਸ਼ਕਰ ਨਾਲ ਇੰਨੀ ਮੁਹੱਬਤ ਕਰਦੇ ਸਨ। ਫਰਮਾਉਂਦੇ ਨੇ ਅੰਮਾ ਜੇ ਨਮਾਜ਼ਾਂ ਵਧਾ ਦੇ ਹਾਂ, ਫਰਮਾਇਆ ਉਹਦੇ ਖਜ਼ਾਨੇ 'ਚ ਕਮੀ ਕੋਈ ਨਹੀਂ, ਉਹ ਸ਼ਕਰ ਵਧਾ ਛੱਡੇਗਾ। ਕੋਈ ਸੁਣ ਗਏ ਹੋ ਮੈਂ ਕੀ ਪਿਆਨਾ? ਕੋਈ ਗੱਲ ਜਨਾਬ ਦੇ ਜ਼ਿਹਨ ਵਿੱਚ ਆ ਰਹੀ ਹੈ ਮੈਂ ਕੀ ਪਿਆਨਾ? ਮੇਰਾ ਪੈਗਾਮ, ਮੇਰੀ ਤਬਲੀਗ ਸੁਣਨਾ ਜ਼ਰਾ ਤਵੱਜੋ ਨਾਲ। ਬੰਦੇ ਆਂਦੇ ਨੇ ਬਰੇਲਵੀਆਂ ਦੇ ਮੌਲਵੀ ਨਮਾਜ਼ ਦੀ ਤਬਲੀਗ ਨਹੀਂ ਕਰਦੇ, ਮੈਂ ਨਮਾਜ਼ ਦੀ ਤਬਲੀਗ ਪਿਆ ਕਰਨਾ ਅਲਹਮਦੁਲਿਲਾ। ਸੁਣਿਆ ਮੇਰਾ ਬਾ ਇੱਜ਼ਤ ਮਜਮਾ, ਮੈਂ ਕੀ ਕਹਿਣਾ ਚਾਹੁੰਦਾ? ਹਰ ਰੋਜ਼ ਹੀ ਨਮਾਜ਼ ਪੜ੍ਹਦੇ ਨੇ, ਅਤੇ ਮਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ, ਆਦਤ ਪੱਕ ਗਈ। ਕੀ ਹੈ ਉਹ ਪਕਾਕਾ, ਕੀ ਹੈ? ਹਾਂਜੀ, ਕੋਈ ਨਹੀਂ ਕੋਈ ਨਹੀਂ, ਖੈਰ ਹੈ, ਜ਼ਰਾ ਮੇਰੇ ਵੱਲ ਤਵੱਜੋ ਕਰ। ਬਸ ਹੋ ਗਿਆ, ਮੈਨੂੰ ਉਦੋਂ ਹੀ ਪਤਾ ਜਦੋਂ ਉਹਨਾਂ ਇਸ਼ਾਰਾ ਕੀਤਾ, ਤੂੰ ਤਵੱਜੋ ਕਰ ਲੈ, ਕਿਉਂਕਿ ਉਹਨਾਂ ਨੂੰ ਮੈਂ ਕਹਿਣਾ ਕੁਝ ਨਹੀਂ, ਉਹ ਮੇਰਾ ਕੁਲੀਕ ਏ, ਅਤੇ ਤੇਰਾ ਕੋਈ ਥੋੜ੍ਹਾ ਜਿਹਾ ਕੰਮ ਖਰਾਬ ਹੋ ਜਾਏਗਾ। ਆਰਾਮ ਨਾਲ ਬਹਿ, ਪੜ੍ਹੇ ਲਿਖੇ ਬੰਦੇ ਹੋ, ਜ਼ਰਾ ਤਵੱਜੋ, ਪਾਣੀ ਨਾਲ ਕੋਈ ਫੌਤ ਹੋ ਜਾਏਗਾ। ਅਸਲ ਗੱਲ ਹੈ ਨਮਾਜ਼ ਦਾ ਮੌਜੂ ਹੀ ਐਸਾ ਹੈ, ਵੱਡੇ ਵੱਡੇ ਬੰਦਿਆਂ ਨੂੰ ਪਾਣੀ ਯਾਦ ਆ ਜਾਂਦਾ, ਕਿਉਂਕਿ ਘੜਿਆ ਕੋਈ ਨਹੀਂ ਨਾ ਪੜ੍ਹੀ। ਹੁਣ ਜੇ ਮੈਂ ਹੱਥ ਖੜਾ ਕਰਾ ਲਵਾਂ ਤੇ ਘੜਿਆ ਕੋਈ ਨਹੀਂ ਪੜ੍ਹੀ, ਮੇਰਾ ਕਾਬਿਲ ਮੂੰਹ ਕਰਾ ਲਾ, ਮੇਰਾ ਤਜਰਬਾ, ਮੈਂ ਕੁਝ ਛੋਰ ਥੋੜਾ, ਬਾਲ ਥੋੜਾ, ਦਾੜੀ ਚਿੱਟੀ ਹੈ, ਰੰਗਵਾਨਾ ਤਾਂ ਕਿ ਦੁਸ਼ਮਣ ਨੂੰ ਬੁੱਢਾ ਨਾ ਲੱਗਾ। ਸੁਣਾ ਦੇਣਾ ਤਵੱਜੋ ਨਾਲ, ਹਜ਼ਰਤ ਬਾਬਾ ਫਰੀਦ ਸਰਕਾਰ ਇੱਕ ਦਿਨ ਆਪ ਹੀ ਬਾਹਰੋਂ ਵਜ਼ੂ ਕਰਕੇ ਆ ਗਏ, ਆਪ ਹੀ। ਆਦਤ ਬੰਦੇ ਨੂੰ ਜਿਹੜੀ ਸ਼ਾਇਦ ਹੀ ਪੈ ਜਾਏ ਨਾ, ਤੇ ਉਹਦਾ ਨਸ਼ਾ ਬਣ ਜਾਂਦਾ। ਬੋਲੋ, ਬਣ ਜਾਂਦਾ ਕਿ ਨਹੀਂ? ਮੈਂ ਕਈ ਕਈ ਵਾਰੀ ਬੰਦੇ ਸਾਡੇ ਪਿਆਰ ਵਾਲੇ, ਕਈ ਮੁਹੱਬਤ ਵਾਲੇ, ਕਈ ਤਲਕ ਵਾਲੇ ਬੰਦੇ ਆਉਂਦੇ ਨੇ ਡੋਗਰ ਸਾਹਿਬ, ਅਸਾਂ ਵੀ ਨਾਲ ਜਾਣਾ, ਉਹ ਮੈਂ ਕਈ ਵਾਰੀ ਦੋ ਚਾਰ ਦਿਨ ਤਬਲੀਗ 'ਤੇ ਨਾਲ ਲੈ ਜਾਣਾ, ਉਹ ਬੰਦੇ ਆਉਂਦੇ ਨੇ ਜੀ ਵੀ ਅੱਲਾਹ ਇਹ ਮੇਰੀ ਤੋਬਾ। ਇੰਨਾ ਸਫ਼ਰ, ਇੰਨਾ ਸਫ਼ਰ, ਅਤੇ ਡੋਗਰ ਸਾਹਿਬ ਤੁਹਾਨੂੰ ਕੁਝ ਨਹੀਂ ਹੁੰਦਾ, ਰਾਤੀ ਤਕਰੀਰ ਕਰਦੇ ਹੋ ਅਤੇ ਸੁਬਾਹ ਨੂੰ ਦੁਨੀਆਪੁਰ ਦੇ ਚੌਕ ਵਿੱਚ ਨਿਹਾਇਤ ਮਾਸੂਮ ਜਿਹਾ ਮੂੰਹ ਬਣਾ ਕੇ ਬੈਠੇ ਹੁੰਦੇ ਹੋ, ਇੰਜ ਮਲੂਮ ਹੁੰਦਾ ਵੀ ਤੁਸੀਂ ਰਾਤ ਸਾਰੀ ਰਾਤ ਸੁੱਤੇ ਰਹੇ ਹੋ, ਇਹ ਤੁਹਾਨੂੰ ਨੀਂਦ ਨਹੀਂ ਆਉਂਦੀ। ਮੈਂ ਆਹਨਾ ਨਸ਼ਾ ਜਿਹਾ ਬਣ ਗਿਆ, ਜਾਗ ਜਾਗ ਕੇ ਖੁਰਾਕ ਬਣ ਗਈ ਹੈ, ਬੰਦੇ ਨੂੰ ਨਸ਼ਾ ਬਣ ਗਿਆ। ਬਾਬਾ ਫਰੀਦ ਸਰਕਾਰ ਨੂੰ ਨਸ਼ਾ ਹੋ ਗਿਆ ਨਮਾਜ਼ ਦਾ, ਐਸ ਮਹਿਫਲ ਵਿੱਚ ਉਸ ਬੰਦੇ ਦੇ ਮੁਕੱਦਰ ਨੂੰ ਮੁਲਾਜ਼ਮ ਹੁਸੈਨ ਡੋਗਰ ਸਲਾਮ ਪੇਸ਼ ਪਿਆ ਕਰਦਾ, ਜਿਹੜਾ ਆਖੇ ਮੈਨੂੰ ਇੰਨਾ ਨਸ਼ਾ ਹੋ ਗਿਆ ਨਮਾਜ਼ ਦਾ, ਮੈਂ ਨਾ ਪੜ੍ਹਾਂ ਤੇ ਨੀਂਦ ਨਹੀਂ ਆਉਂਦੀ। ਐਸੇ ਬੰਦੇ ਮੌਜੂਦ ਨੇ ਜਿਹੜੇ ਨਾ ਪੜ੍ਹਨ ਤੇ ਨੀਂਦ ਨਹੀਂ ਆਉਂਦੀ। ਬਾਬਾ ਸਾਹਿਬ ਨੂੰ ਕਿਉਂਕਿ ਨਸ਼ਾ ਹੋ ਗਿਆ ਸੀ ਨਮਾਜ਼ ਦਾ, ਇਹ ਨਮਾਜ਼ ਤੋਂ ਅੱਛਾ ਨਸ਼ਾ ਹੈ ਹੀ ਕੋਈ ਨਹੀਂ, ਤਹੱਜਤ ਤੋਂ ਆਲਾ ਨਸ਼ਾ ਹੈ ਕੋਈ ਨਹੀਂ। ਆ ਬਾਬਾ ਜੀ ਸਰਕਾਰ ਤੋਂ ਪੁੱਛ, ਮੁਰਸ਼ਦ ਪਾਕ ਬੈਠੇ ਨੇ, ਅਲਹਮਦੁਲਿਲਾ ਨਮਾਜ਼ ਤਹੱਜਤ ਪੜ੍ਹਦੇ ਨੇ, ਹਰ ਵੇਲੇ ਹਾਜ਼ਰੀ ਲਵਾਉਂਦੇ ਨੇ ਹਰ ਰਾਤ। ਬਾਬਾ ਜੀ ਸਰਕਾਰ ਤੋਂ ਪੁੱਛ, ਜਿਹੜੇ ਬੰਦਿਆਂ ਨੂੰ ਨਮਾਜ਼ ਤਹੱਜਤ ਦਾ ਨਸ਼ਾ ਹੋ ਜਾਂਦਾ ਨਾ, 40 ਦਿਨ ਪਹਿਲਾਂ ਔਖਾ ਸੌਖਾ, 40 ਦਿਨ ਤਹੱਜਤ ਔਖਾ ਸੌਖਾ, 40 ਦਿਨ ਪੜ੍ਹ ਲੈ, ਸਿਰਫ 40 ਦਿਨ ਪੜ੍ਹ, ਅਤੇ 41ਵਾਂ ਜਦੋਂ ਦਿਨ ਆਏਗਾ ਨਾ, ਇੰਜ ਮਲੂਮ ਹੋਇਆ ਗਾ ਕਿਸੇ ਗੈਬੀ ਤਾਕਤ ਤੈਨੂੰ ਆਖਿਆ ਉੱਠ, ਮੈਂ ਜਾਗਨਾ ਤੂੰ ਸੁੱਤਾ। ਸੁਭਾਨ ਅੱਲਾਹ ਆਖੋ ਜ਼ਰਾ ਸਾਰੇ। ਤਹੱਜਤ ਦੀ ਨਮਾਜ਼ ਸਾਡੇ 'ਤੇ ਫਰਜ਼ ਕੋਈ ਨਹੀਂ, ਬੋਲੋ, ਨਮਾਜ਼ ਦੇ ਤਹੱਜਤ ਸਾਡੇ 'ਤੇ ਫਰਜ਼ ਉੱਚੀ ਆਖੋ ਕੋਈ ਨਹੀਂ, ਲੇਕਿਨ ਅਗਰ ਪੜ੍ਹੀਏ ਤਾਂ ਸਵਾਬ ਇੰਨਾ, ਸਾਰੇ ਨਬੀਆਂ ਦੀ ਸੁਨਤ 'ਤੇ ਅਮਲ ਹੋ ਜਾਂਦਾ। ਅੱਲਾਹ ਦਾ ਕੋਈ ਐਸਾ ਨਬੀ ਨਹੀਂ ਗੁਜ਼ਰਿਆ ਜਿਹੜਾ ਨਮਾਜ਼ ਦੇ ਤਹੱਜਤ ਨਹੀਂ ਸੀ ਪੜ੍ਹਦਾ, ਲੇਕਿਨ ਇੱਕ ਗੱਲ ਮੈਂ ਤੈਨੂੰ ਆਹਨਾ, ਨਮਾਜ਼ ਦੇ ਤਹੱਜਤ ਪੜ੍ਹੋ ਦੇ ਤਰੀਕੇ ਵਿੱਚ ਫਰਕ ਹੈ। ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿਸੇ ਘਰ ਪ੍ਰਾਹੁਣੇ ਚਲੇ ਜਾਣ, ਐਵੇਂ ਪਿਆ ਆਖਣਾ, ਕੁੜੀ ਉਹ ਇੱਥੇ ਲੋਟਾ ਰੱਖ ਦਿਓ, ਮੈਨੂੰ ਤਹੱਜਤ ਦੀ ਆਦਤ ਹੈ, ਤਾਂ ਕਿ ਪ੍ਰੈਸ਼ਰ ਪੈ ਜਾਏ ਬਾਬਾ ਤਹੱਜਤੀ ਹੈ। ਕਈ ਬੰਦਿਆਂ ਦੀ ਆਦਤ ਹੈ ਤਹੱਜਤ ਦੇ ਟਾਈਮ ਮਸੀਤ ਦਾ ਸਪੀਕਰ ਖੋਲ੍ਹ ਲੈਣਾ ਅਤੇ ਆਖਣਾ ਇਲੱਲਾ 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 ਇਲੱਲਾ। ਨਮਾਜ਼ ਦੇ ਤਹੱਜਤ ਅਗਰ ਪੜ੍ਹੇ ਤਾਂ ਐਸੇ ਅੰਦਾਜ਼ ਨਾਲ ਪੜ੍ਹ,
ਤੂੰ ਜਿਸ ਚਾਰ ਪਾਈ ਤੋਂ ਉੱਠਿਆ ਤਹੱਜਦ ਪੜਨ ਵਾਸਤੇ, ਨਾਲ ਜਿਹੜਾ ਬੰਦਾ ਲੇਟਿਆ ਉਹਦੀ ਨੀਂਦ ਵਿੱਚ ਫਰਕ ਨਾ ਆਵੇ। ਯਾਰ ਆਪਣਾ ਰਾਜ਼ੀ ਕਰਨਾ, ਨੀਂਦ ਲੋਕਾਂ ਦੀ ਖਰਾਬ ਕਰਨਾ, ਇਹ ਕੈਸਾ ਪਿਆਰ ਏ। ਬਾਬਾ ਫਰੀਦ ਬਾਹਰੋਂ ਹੀ ਵਜ਼ੂ ਕਰਕੇ ਆ ਗਏ ਅਤੇ ਸਾਹਿਬਜ਼ਾਦੇ ਜਦੋਂ ਵਜ਼ੂ ਬਾਹਰੋਂ ਕੀਤਾ ਅਤੇ ਆਪਨੇ ਮੁਸੱਲਾ ਵੀ ਵਿਛਾ ਲਿਆ ਅਤੇ ਇੰਜ ਨਮਾਜ਼ ਨੀਤ ਲਈ ਅਤੇ ਮਾਂ ਵਹਿੰਦੀ ਸੀ ਪਈ ਅਤੇ ਸੋਚੀ ਪੈ ਗਈ, ਯਾਰ ਲਾਗੇ ਤਾਂ ਮੁਸੱਲਾ ਵੀ ਮੈਂ ਵਿਛਾਉਂਦੀ ਸਾਂ ਅਤੇ ਸ਼ੱਕਰ ਦੀ ਪੁੜੀ ਵੀ ਮੈਂ ਰੱਖਦੀ ਸਾਂ। ਅੱਜ ਤਾਂ ਫਰੀਦ ਨੇ ਆਪ ਹੀ ਮੁਸੱਲਾ ਵਿਛਾਇਆ, ਆਪ ਹੀ ਨਮਾਜ਼ ਸ਼ੁਰੂ ਕਰ ਦਿੱਤੀ ਏ, ਆਪੇ ਵਜ਼ੂ ਕੀਤਾ। ਯਾਰ ਲਾ ਜੀ ਅੱਜ ਥੱਲੋਂ ਸ਼ੱਕਰ ਨਾ ਲੱਭੀ ਅਤੇ ਸਾਰੀ ਜ਼ਿੰਦਗੀ ਮੇਰੀ ਜ਼ੁਬਾਨ 'ਤੇ ਇਤਬਾਰ ਨਹੀਂ ਰਹਿਣਾ। ਯਾ ਅੱਲਾ ਮੈਂ ਫਰੀਦ ਦੀ ਮਾਂ ਹੋ ਕੇ ਤੇਰੀ ਬਾਰਗਾਹ 'ਚ ਦੁਆ ਦੇ ਹੱਥ ਖੜੇ ਕਰਨੀ ਆ, ਤੂੰ ਤੇ ਦੁਸ਼ਮਣ ਦੀ ਰੱਦ ਨਹੀਂ ਕਰਦਾ, ਮੈਂ ਤਾਂ ਕਨੀਜ਼ ਏ ਜ਼ਹਰਾ। ਅਜ਼ੀਜ਼ਾਂ ਨੇ ਗ੍ਰਾਮੀ ਸੁਣਨਾ, ਮੁਸਲਮਾਨੋ, ਤੇਰੇ ਤੇ ਮੇਰੇ ਪਿਆਰੇ ਪੈਗੰਬਰ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਲਾਮਾਂ ਨੇ ਦੁਆ ਦੇ ਹੱਥ ਖੜੇ ਕੀਤੇ, ਅਰਜ਼ ਕੀਤੀ, ਮੇਰੇ ਰੱਬੁਲ ਆਲਮੀਨ, ਅੱਗੇ ਮੇਰਾ ਫਰੀਦ ਜਦੋਂ ਨਮਾਜ਼ੇ ਤਹੱਜਦ ਪੜ੍ਹਦਾ ਸੀ, ਪੁੜੀ ਮੈਂ ਆਪ ਰੱਖਦੀ ਸਾਂ, ਰੱਬੁਲ ਆਲਮੀਨ ਅੱਜ ਤੇ ਵਜ਼ੂ ਵੀ ਆਪ ਕੀਤਾ ਸੋ, ਨਮਾਜ਼ੇ ਤਹੱਜਦ ਵਜ਼ੂ ਵੀ ਆਪ ਕੀਤਾ, ਨਮਾਜ਼ ਵਾਸਤੇ ਵੀ ਅੱਗੇ ਜਦੋਂ ਨਮਾਜ਼ ਪੜ੍ਹਦਾ ਸੀ ਪੁੜੀ ਮੈਂ ਆਪ ਰੱਖਦੀ ਸਾਂ, ਮੇਰੇ ਰੱਬੁਲ ਆਲਮੀਨ ਅੱਜ ਤੇ ਵਜ਼ੂ ਵੀ ਆਪ ਕੀਤਾ, ਮੁਸੱਲਾ ਵੀ ਆਪ ਵਿਛਾਇਆ ਹੈ, ਤੇਰੀ ਬਾਰਗਾਹ ਦੇ ਅੰਦਰ ਮੇਰਾ ਫਰੀਦ ਨਮਾਜ਼ ਪਿਆ ਪੜ੍ਹਦਾ ਹੈ, ਮੇਰੇ ਰੱਬੁਲ ਆਲਮੀਨ ਤੇਰੀ ਬਾਰਗਾਹ ਦੇ ਅੰਦਰ ਦੁਆ ਦੇ ਹੱਥ ਖੜੇ ਕਰਨੀ ਆ, ਅਗਰ ਪੂਰੀ ਜ਼ਿੰਦਗੀ ਮੇਰੇ ਸਿਰ ਦੇ ਕਿਸੇ ਇੱਕ ਵਾਲ ਨੂੰ ਅਸਮਾਨਾਂ ਦੇ ਸੂਰਜ ਵੇਖਿਆ ਹੋਵੇ ਫਿਰ ਤਾਂ ਮੇਰੀ ਦੁਆ ਕਬੂਲ ਨਾ ਕਰੀ। ਅਗਰ ਮੈਂ ਉਮਲ ਮੋਮਿਨੀਨ ਹਜ਼ਰਤ ਬੀਬੀ ਆਇਸ਼ਾ ਪਾਕ ਦੀ ਕਨੀਜ਼ ਬਣ ਕੇ ਵਕਤ ਗੁਜ਼ਾਰਿਆ ਹੈ, ਖਤੀਜਾਤੁਲ ਕੁਬਰਾ ਪਾਕ ਦੀ ਕਨੀਜ਼ ਬਣ ਕੇ ਵਕਤ ਗੁਜ਼ਾਰਿਆ ਹੈ, ਹਜ਼ੂਰ ਦੀਆਂ ਚਾਰ ਬੇਟੀਆਂ ਦੀ ਕਨੀਜ਼ ਬਣ ਕੇ ਵਕਤ ਗੁਜ਼ਾਰਿਆ ਹੈ, ਤੋ ਯਾ ਅੱਲਾ ਤੈਨੂੰ ਜ਼ਹਰਾ ਪਾਕ ਦੇ ਸਿਰ ਦੀ ਚਾਦਰ ਦਾ ਵਾਸਤਾ। ਮੇਰੇ ਰੱਬੁਲ ਆਲਮੀਨ ਮਿਹਰਬਾਨੀ ਫਰਮਾਈ, ਅੱਜ ਜਦੋਂ ਫਰੀਦ ਮੁਸੱਲਾ ਚੁੱਕੇ ਆਪ ਸ਼ਕਰ ਦਾ ਬੰਦੋਬਸਤ ਫਰਮਾ ਛੱਡੀ ਆਇਆ। ਬਾਬੇ ਹੋਰਾਂ ਨਮਾਜ਼ ਮੁਕੰਮਲ ਕੀਤੀ ਅਤੇ ਜਦੋਂ ਮੁਸੱਲਾ ਚੁੱਕਿਆ ਨਾ ਅਤੇ ਉਲਾਮਾ ਫਰਮਾਉਂਦੇ ਨੇ ਵੀ ਥੱਲੇ ਸ਼ੱਕਰ ਦਾ ਬਹੁਤ ਬੜਾ ਇੱਕ ਹੌਜ਼ ਦਿਸਿਆ ਅਤੇ ਫਰੀਦ ਪਾਕ ਫਰਮਾਉਣ ਲੱਗੇ, ਅੰਮਾ ਅੱਗੇ ਸ਼ੱਕਰ ਥੋੜ੍ਹੀ ਹੁੰਦੀ ਸੀ, ਅੱਗੇ ਸਿਰਫ ਪੁੜੀਆ ਹੁੰਦੀ ਸੀ, ਅਤੇ ਅੱਜ ਕੀ ਹੈ, ਅੱਜ ਹੌਜ਼ ਕਿਉਂ ਹੈ? ਮੁਸਕਰਾ ਕੇ ਆਉਂਦੀਆਂ ਨੇ, ਅੱਗੇ ਮੈਂ ਰੱਖਦੀ ਸਾਂ, ਅੱਜ ਅਸਮਾਨਾਂ ਵਾਲੇ ਨੇ ਆ ਮਿਹਰਬਾਨੀ ਫਰਮਾਈ ਹੈ। ਮੇਰਾ ਪੈਗਾਮ ਸਿਰਫ ਇਹ ਵੇ ਲੋਕੋ, ਆਪਣੀ ਨਿਸਬਤ ਅੱਛੀ ਕਰੋ, ਆਪਣਾ ਤਲਕ ਅੱਛੇ ਲੋਕਾਂ ਨਾਲ ਰੱਖੋ। ਤੁਹਾਡਾ ਤਾਰਫ ਬੁਰੇ ਦੋਸਤਾਂ ਨਾਲ ਨਹੀਂ ਹੋਣਾ ਚਾਹੀਦਾ, ਤੁਹਾਡਾ ਤਾਰਫ ਕਿਸੇ ਜ਼ਾਨੀ ਅਤੇ ਸ਼ਰਾਬੀ ਦੀ ਵਜ੍ਹਾ ਨਾਲ ਨਹੀਂ ਹੋਣਾ ਚਾਹੀਦਾ, ਬਲਕਿ ਜਦੋਂ ਵੀ ਗੱਲ ਚੱਲੇ ਤਾਂ ਬੰਦੇ ਆਖਣ ਉਹ ਬੰਦਾ ਉਹ ਜਿਹੜਾ ਸਜਦਾ ਦੀ ਬਾਰਗਾਹ 'ਚ ਬਹਿਣ ਵਾਲਾ, ਬਈ ਉਹ ਬੰਦਾ ਜਿਹੜਾ ਮਦੀਨੇ ਵਾਲੇ ਨਬੀ ਦੀਆਂ ਮਹਿਫਲਾਂ ਕਰਾਉਂਦਾ, ਬਈ ਉਹ ਬੰਦਾ ਜਿਹੜਾ ਲੱਭਾ ਯਾ ਰਸੂਲ ਅੱਲਾ ਦੇ ਨਾਰੇ ਮਾਰਦਾ, ਬਈ ਉਹ ਬੰਦਾ ਜਿਹੜਾ ਜਨਾਬ ਮਦੀਨੇ ਵਾਲੇ ਮੁਸਤਫਾ ਤੇ ਦਰੂਦੋ ਸਲਾਮ ਪੜ੍ਹਦਾ, ਬਈ ਉਹ ਬੰਦਾ ਜਿਹੜਾ ਮਿਲਾਦੁਨ ਨਬੀ ਦੇ ਜਲੂਸ ਵਿੱਚ ਅੱਗੇ ਅੱਗੇ ਹੁੰਦਾ, ਤੇਰਾ ਜਦੋਂ ਤਾਰਫ ਹੋਵੇ ਅੱਛਾ ਹੋਵੇ, ਕਿਉਂਕਿ ਬੰਦਾ ਜੈਸਾ ਹੋਵੇਗਾ, ਜੈਸੇ ਬੰਦਿਆਂ ਨਾਲ ਪਵੇਗਾ, ਉਹ ਉਹਦਾ ਤਾਰਫ ਹੋਵੇਗਾ। ਅੱਜ ਤੋਂ ਬਾਅਦ ਇੰਜ ਦੇ ਬੰਦਿਆਂ ਨਾਲ ਯਰਾਨਾ ਪਾ ਕਿ ਬੰਦੇ ਆਖਣੇ ਬੰਦਾ ਚੰਗਾ ਹੈ, ਤੇ ਅਰਸ਼ ਤੋਂ ਆਵਾਜ਼ ਆਈ ਜਿਹਨੂੰ ਮੇਰੀ ਮਖਲੂਕ ਚੰਗਾ ਪਈ ਜਾਂਦੀ ਏ, ਅਗਰ ਕੋਈ ਜੁਰਮ ਹੀ ਉਹਦੇ ਉੱਤੇ ਪਰਦਾ ਪਾ ਕੇ ਮੈਂ ਵੀ ਆਪਣੇ ਕਾਗਜ਼ਾਂ ਵਿੱਚ ਉਹਨੂੰ ਚੰਗਾ ਹੀ ਮਸ਼ਹੂਰ ਕਰ ਛੱਡਾਂਗਾ। ਤਵੱਜੋ ਹੈ ਸਾਰੇ ਦੋਸਤਾਂ ਦੀ, ਉੱਚੀ ਆਖੋ ਤੇਰਾ ਸੁਭਾਨ ਅੱਲਾ, ਫਿਰ ਮਿਲ ਕੇ ਆਖੋ ਸੁਭਾਨ ਅੱਲਾ। ਅਕੀਦਾ ਬਹੁਤ ਅੱਛਾ ਅੱਲਾ ਸਾਨੂੰ ਅਤਾ ਫਰਮਾਇਆ, ਕਿਉਂਕਿ ਸਾਡੀ ਅੱਲਾ ਦੇ ਕਿਸੇ ਪਿਆਰੇ ਨਾਲ ਕੋਈ ਅਦਾਵਤ ਕੋਈ ਨਹੀਂ। ਅਸੀਂ ਅੱਲਾ ਨੂੰ ਮੰਨਦੇ ਹਾਂ, ਅੱਲਾ ਦੇ ਨਬੀਆਂ ਨੂੰ ਮੰਨਦੇ ਹਾਂ, ਇਮਾਮ ਉਲ ਅੰਬੀਆ ਨੂੰ ਮੰਨਦੇ ਹਾਂ, ਨਬੀ ਪਾਕ ਦੇ ਸੁਹਾਬਾ ਨੂੰ ਮੰਨਦੇ ਹਾਂ, ਨਬੀ ਦੀ ਆਲ ਨੂੰ ਮੰਨਦੇ ਹਾਂ, ਸਦਾਤ ਨੂੰ ਮੰਨਦੇ ਹਾਂ। 1400 ਸਾਲ ਬਾਅਦ ਆ ਸੋਹਣਾ ਸੱਯਦ ਸਾਹਮਣੇ ਆਇਆ, ਅਸੀਂ ਖੜ੍ਹੇ ਹੋ ਕੇ ਇਹਤਰਾਮ ਕਰਕੇ ਦੱਸਿਆ, ਯਾ ਰਸੂਲ ਅੱਲਾ 1400 ਸਾਲ ਬਾਅਦ ਤੇਰਾ ਪੁੱਤਰ ਸਾਹਮਣੇ ਆਇਆ ਨਾ, ਸਾਡੇ ਤੇਰਾ ਪੁੱਤਰ ਯਾ ਰਸੂਲ ਅੱਲਾ ਸਾਡੇ ਸਾਹਮਣੇ ਆਇਆ 1400 ਸਾਲ ਬਾਅਦ। ਅਸੀਂ ਸੁਨੀਆਂ ਨੇ ਇਹਤਰਾਮ ਕਰਕੇ ਦੱਸਿਆ, ਜਿਹੜਾ ਅਕੀਦਾ 1400 ਸਾਲ ਬਾਅਦ ਵਾਲੇ ਰਬੀ ਪਾਕ ਦੇ ਬੇਟੇ ਦਾ ਐਡਾ ਹਯਾ ਕਰਦਾ ਹੈ, ਤੇ ਸੁਣਿਆ ਜੇ ਕਦੀ ਤੂੰ ਗਰੀਬਾਂ ਦੇ ਵੇਲੇ ਆਵੇਂ ਤੇਰਾ ਕਿੰਨਾ ਇਹਤਰਾਮ ਕਰਾ ਗਿਆ। ਓਏ ਸਾਨੂੰ ਨਬੀ ਦੀ ਨਲੈਣ ਦਾ ਨਕਸ਼ਾ ਮਿਲਿਆ, ਅਸੀਂ ਦਿਲ ਉੱਤੇ ਲਾਇਆ, ਨਬੀ ਦੀ ਨਲੈਣ ਦਾ ਨਕਸ਼ਾ ਮਿਲਿਆ, ਅਸੀਂ ਸੱਜੇ ਪਾਸੇ ਲਾਇਆ,
نبی دی نلین دا نقشہ ملی ہے، اسی جھنڈے وچ لائے نبی دی نلین دا نقشہ ملی ہے، اسی کار اتے لائے۔ سوچن والی گل ہے بھی جڑے نبی دی نلین دا اتنا احترام کردے ن، پتا نہیں وہ محمد دے حسین دا کنا احترام کردے ہون گے۔ صرف ایک کوئی غفلت ہے کہ کاش اسا نمازی بھی بن جائیے، جویں عقائد ساڈے سونے تے نظریات ساڈے سونے ن، آ جویں ہن رش پیا تے جدوں مسجد وچ اذان ہوے ہوے ادوں وی ایویں رش پوے تے اسمان دے فرشتے آکھن سونے ربا تیرے مدینے والے نبی دے غلام آ گئے ن، تے مسجد بھر کتی جی، میں آنا ادوں وی تے رش پایا کرنا جس نبی نال پیار دا دعویٰ کرنا ہے، جہدے نال محبت دا دعویٰ کرنا ہے۔ پانچ ٹائم تینوں مدینے والے نبی دا غلام تے نبی دا قاصد سپیکر لا کے تینوں آکھے بھی آ جا فلاح دی طرف تے کامیابی دی طرف، تے تیرے کناں تے جوں تک نہ رنگے تے آکھے میں عاشق رسول ہاں، اس عشق وچ تو بھی جھوٹا تے میں بھی جھوٹا، سچا ہوئی عاشق جیڑا محمد دی ذات جیسی ذات کسے نوں نہ مننے تے محمد دی بات جیسی بات کسے نوں نہ مننے۔ جڑا آکھے میرے نبی دی ذات جیسی اللہ ذات کسے دی نہیں بنائی، تے محمد دی بات جیسی بے مثل تے بے مثال اللہ نے کسے دی بات نہیں بنائی، محمد دی بات بھی کائنات وچ بے مثال ہے اور مدینے والے مصطفیٰ دی ذات بھی کائنات وچ بے مثال ہے۔ میں لے لواں وعدہ اس گل دا بھی تساں انشاءاللہ نماز دی پابندی کرو گے، میں بھی تہاڈے نال وعدہ کرنا بھائی پچھلیاں اللہ معافی چا دے وہ جڑے ہو گئے ان کو وعدے کاٹے، تو ان شاء اللہ ہوں قضا نہیں ہوئے گی، تو جے بندہ اندروں ارادہ کر لے تو ہوں بھی نہیں، یہ صرف ارادے کی گل ہے تو کوئی ایڈا ٹائم بھی نہیں لگتا، پانچ نمازاں نے تو پانچ نمازاں کا پونا گھنٹہ ٹائم ہے سارا، وہ بھی اللہ آتا قسط نہ دے کوئی پانچ سات منٹ صبح دے چھڈ، یعنی پانچ نمازاں تو چوبی گھنٹے دے اندر یہ کوئی پونا گھنٹہ ٹائم ہے سارا، وہ بھی کس نال مالک آتا دے چھڈ، کوئی پانچ سات منٹ صبح دے ٹائم، کوئی اٹھ دس منٹ زور دے ٹائم، کوئی پانچ سات منٹ اثر دے ٹائم، کوئی دس گیارہ منٹ مغرب دے ٹائم، تو عشا ویلے ذرا آتا ہے بھی ہوں تو تو سو ہی جانا کم تیرے سارے موقع ہوں ٹائم ذرا واہ لا دے اور اچھی تو سبحان اللہ آکھو، ادو آتا نہیں کہ کی لا چھڈ واہ واہ۔ میں آخری گل آ جڑے علماء یکا تے خطیب بیٹھے نے تے علماء میرے بیٹھے نے، ایک منٹ جی میں ٹھیک کر رہا میری گل سن، ایک میری سن، میری پہلے میری سن لا، میری سن لا پتری، او میری بچی میری سن لا، میری پہلے سن لا پتر، جیڑی مائی سالن پکا رہی ہوے تے ڈوئی چنگی پھیر رہی ہوئی ہو نا، او ڈوئی پھڑی دی نہیں، میں جے پھڑی پھیر رہی ہاں پھر تے تو پھڑ، تو میرے نال سیانی تے نہیں نا ہو سکدی، اس واسطے مینوں چلن دے جی میں گل پیا کرنا، میری سنو تار نہ توڑو، سنو ذرا توجہ نال، میں گزارش کرنا چاہنا ذرا دھیان نال سننا، بندے سوال کر دیں ڈوگر صاحب 45 سال دا بندہ ہے 30 سال ہو گئے تینوں تقریر کر دیا، ملک دا ساڈی جماعت دا نام ور تو خطیب ہے، تینوں اپنے بھی جان دین تے بگانیا دے موبائلاں وچ تو بہت ہے، ایک گل تے دس میں کہ پوچھو اس کیا گل، صرف یہ پوچھنا چاہنے ہیں بھی بندے نماز کیوں نہیں پڑھتے، میں آخا جی یہ ڈھیر ساری وجہ غفلت سستی ایویں شیطان دا داش آ تے بندے اس داش آ گئے تے نہیں پڑھتے، تے ایک وجہ یہ بھی ہے مینوں آتا کیڑی، میں آخا جڑے مسجد دے پکے نمازی نا وہ بھی مسجد دے نمازیاں نوں ودھن نہیں دیندے، جڑے پکے نمازی نے مینوں کہن لگا ڈوگر صاحب دلیل، میں آخا دلیل میں ایڈی سوادی دیا بھی کلیجے ٹھنڈ پی جائے تے میں نا لوں لوں ٹھر جائے جوڑ جوڑ ٹھنڈا ہو جائے، تے میں نہ بندے آخر بھی کیا بات ہے نقیب صاحب دیکھو کیسی دلیل ہے، میں کہا میں دلیل دینا کہ دسو، میں کہا بندہ پہلے دن مسیطے آ گیا تو جڑا پکا نمازی ہے نا انہیں ویکھیا بندہ ٹوٹیاں تے آ گیا وضو پیا کر دا، وہ اتوں پجے ہے اپنی سنتا چھڈ کے آ کے کہنے لگا ٹوٹی تو ود کھول لیے اے بل تیرا پے بھرے گا، وہ آتا بابا جی یہ معافی دے میں ایندا ساری زندگی نہیں آتا جدوں تک تیرا جنازہ نہیں اٹھتا، وہ ظالم شخص جی میں آ ہی گیا تے جے ٹوٹی ود چھڈ بیٹھا اودے نال پیار کر اودے نال محبت کر اودے نال پیار کرے گا، اج اونے ٹوٹی بہت ہی کھولی ہے کل ٹھیک کھولے گا، اج وضو غلط کیتا کل صحیح کرے گا، پیار کر، ہر دکاندار پیار کر کے اپنے گاہک ودھاندا ہے، پارے جڑے مسجد دے پکے نمازی نہ پتہ نہیں انہاں نے کی ہے، کئی بابیاں نے قسم چکی ہوندی ہے بھی مسجد وچ بانگ میں دینی ہے،
ਹੱਕ ਬਣਦਾ ਕੋਈ ਨਵਾਂ ਮਸੀਤ ਵਿੱਚ ਨਮਾਜ਼ੀ ਆਵੇ ਤੇ ਬਾਬਾ ਆਖੇ ਬਾਬਾ ਪੁੱਤਰ ਓਏ ਉੱਠ ਬੂਟੇ ਆਜ਼ਾਨ ਦੇ, ਉਹ ਮੁਲਾਜ਼ਮ ਹੁਸੈਨ ਆਜ਼ਾਨ ਦੇ, ਉਹ ਤਾਲਬ ਹੁਸੈਨ ਆਜ਼ਾਨ ਦੇ, ਓਏ ਉੱਠ ਅੱਲਾ ਦਿੱਤੇ ਆਜ਼ਾਨ ਦੇ, ਤਾਂ ਕਿ ਉਸ ਮੁੰਡੇ ਦੀ ਮੁਹੱਬਤ ਵਧੇ। ਤੇ ਬਾਬਿਆਂ ਕਸਮ ਚੁੱਕੀ ਹੁੰਦੀ ਹੈ ਵੀ ਮਸੀਤ ਦੀ ਛੱਤ ਟੁੱਟ ਸਕਦੀ ਹੈ, ਸਪੀਕਰ ਲੈ ਸਕਦਾ, ਤੇ ਜਨਾਬ ਗਾਦਰ ਟੁੱਟ ਸਕਦਾ, ਇਮਾਮ ਸਾਹਿਬ ਮਰ ਸਕਦਾ, ਪਿੰਡ ਉੱਜੜ ਸਕਦਾ, ਤੇ ਬਾਂਗ ਜਿਹੜਾ ਨਾ ਉਹ ਬਾਬਾ ਸ਼ਹੀਦਾਂ ਹੀ ਦੇਵੇਗਾ। ਮੈਂ ਮਿੰਨਤ ਪਿਆ ਕਰਨਾ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਬਾਅਦ ਇਹ ਲਫ਼ਜ਼ ਪਿਆ ਨਾ, ਨਵੇਂ ਨਮਾਜ਼ੀਆਂ ਨੂੰ ਮੌਕਾ ਦੇ। ਉਹ ਬੋਲੋ ਵੀ ਸਹੀ, ਨਵੇਂ ਨਮਾਜ਼ੀਆਂ ਨੂੰ ਮੌਕਾ ਦੇ। ਅੱਜ ਕੱਲ੍ਹ ਜਿਹੜੇ ਅੱਗੇ ਬਾਬੇ ਮੰਗਦੇ ਸਨ, ਯਾ ਅੱਲਾ ਦੁੱਧ ਦੇ ਅਤੇ ਪੁੱਤਰ ਦੇ, ਅੱਜ ਕੱਲ੍ਹ ਦੌਰ ਐਸਾ ਆ ਗਿਆ ਵੀ ਦੁੱਧ ਦੁੱਧ ਹੀ ਲੈ ਗਿਆ, ਪੁੱਤਰ ਦੁਬਈ ਚਲਿਆ ਗਿਆ, ਬਾਬੇ ਹੋਰੀ ਅੱਜ ਕੱਲ੍ਹ ਵਿਹਲੇ ਹੁੰਦੇ ਨੇ। ਮੈਂ ਕਿਹਾ ਤੁਸੀਂ ਕੀ ਕੰਮ ਕਰਦੇ ਹੋ? ਉਹਦਾ ਕਿਹਾ ਸਿਰਫ ਮੇਰੀ ਡਿਊਟੀ ਮੌਲਵੀ ਉੱਤੇ ਵੀ ਸੁਬਾਹ ਵਾਲੀ ਇਹ ਜਲਦੀ ਕਿਉਂ ਪੜ੍ਹਾਈਏ, ਪੇਸ਼ੀ ਵਾਲੀ ਦੇਰ ਕਿਉਂ ਪੜ੍ਹਾਈਏ। ਫਿਰ ਉਹ ਮੌਲਵੀ ਵੀ ਜਾਂਦਾ, ਯਾ ਅੱਲਾ ਮੈਂ ਪਰਦੇਸੀ ਹਾਂ ਅਤੇ ਪਿੰਡ ਵਿੱਚ ਮੇਰਾ ਜਾਣਨ ਲਾ ਤਾਂ ਕੋਈ ਨਹੀਂ, ਮੇਰੀ ਤਾਂ ਸੋਹਣਿਆ ਤੇਰੇ ਅੱਗੇ ਫਰਿਆਦ ਏ। ਬਾਬੇ ਨੂੰ ਚੁੱਕ ਲੈ, ਜੁਮੇ ਰਾਤ ਵਾਲੇ ਦਿਨ ਇਹਦਾ ਤਾਂ ਖਤਮ ਦੇ ਛੱਡਾ ਨਾ। ਇਹ ਜਿੰਨੇ ਬਾਬੇ ਜਾਂਦੇ ਨੇ ਸਾਡੇ ਮਜ਼ਲੂਮਾਂ ਦੀਆਂ ਦੁਆਵਾਂ ਦੀ ਵਜ੍ਹਾ ਨਾਲ ਜਾਂਦੇ ਨੇ। ਅੱਲਾ ਦੇ ਬੰਦੇ, ਆਲਮੇ ਦੀਨ ਜੀ ਦੇ ਪਿੱਛੇ ਨਮਾਜ਼ ਪੜ੍ਹਨਾ, ਤੈਨੂੰ ਹਯਾ ਨਹੀਂ ਆਉਂਦੀ? ਜਿਹਦੇ ਪਿੱਛੇ ਨਮਾਜ਼ ਪੜ੍ਹਨਾ ਆਪਣੀ ਨਮਾਜ਼ ਬਰਬਾਦ ਪਿਆ ਕਰਨਾ, ਜਿਹਦੇ ਪਿੱਛੇ ਨਮਾਜ਼ ਪੜ੍ਹਨਾ ਉਹਦਾ ਇਹਤਰਾਮ ਕਰ, ਉਹਦੀ ਜੁੱਤੀ ਦਾ ਵੀ ਇਹਤਰਾਮ ਕਰ। ਇਮਾਮ ਨੂੰ ਇਮਾਮ ਇਸ ਵਾਸਤੇ ਆਖਿਆ ਜਾਂਦਾ, ਉਹ ਅੱਗੇ ਹੁੰਦਾ। ਇਹ ਨਹੀਂ ਵੀ ਮਸਜਿਦ ਵਿੱਚ ਅੱਗੇ ਤੇ ਗਲੀ 'ਚ ਪਿੱਛੇ, ਨਹੀਂ, ਇਮਾਮ ਹਰ ਜਗ੍ਹਾ ਹੀ ਅੱਗੇ। ਖਾਣਾ ਖਾ ਤੇ ਇਮਾਮ ਅੱਗੇ, ਪਾਣੀ ਪੀ ਤੇ ਇਮਾਮ ਅੱਗੇ, ਬਾਹਰ ਬੈਠਾ ਹੋਵੇ ਤੇ ਇਮਾਮ ਅੱਗੇ, ਦੇਰੇ 'ਚ ਬੈਠਾ ਹੋਵੇ ਤੇ ਇਮਾਮ ਅੱਗੇ, ਇਮਾਮ ਹੁੰਦਾ ਹੀ ਅੱਗੇ। ਅੱਲਾ ਸਾਨੂੰ ਜਿਨ੍ਹਾਂ ਬਜ਼ੁਰਗਾਂ ਦੇ ਪਿੱਛੇ ਅਤੇ ਜਿਹੜੇ ਇਮਾਮਾਂ ਦੇ ਪਿੱਛੇ ਅਸਾਂ ਨਮਾਜ਼ ਪੜ੍ਹਦੇ ਹਾਂ, ਅੱਲਾ ਸਾਨੂੰ ਆਪਣੀ ਨਮਾਜ਼ ਨੂੰ ਬਚਾਉਣ ਦੀ ਤੌਫੀਕ ਅਤਾ ਫਰਮਾਏ ਅਤੇ ਜ਼ਿਆਦਾ ਨਮਾਜ਼ੀ ਬਣਾਉਣ ਦੀ ਤੌਫੀਕ ਅਤਾ ਫਰਮਾਏ। ਇੱਕੋ ਹੀ ਤਰੀਕਾ ਕਿ ਮਸਜਿਦ ਦੇ ਪੱਕੇ ਨਮਾਜ਼ੀ ਥੋੜ੍ਹਾ ਜਿਹਾ ਸ਼ਫਕਤ ਕਰੋ ਅਤੇ ਗੁੱਸੇ ਉੱਤੇ ਜ਼ਰਾ ਪੈਰ ਰੱਖੋ, ਇਖਲਾਕੇ ਮੁਹੰਮਦੀ ਬਣਾਓ ਅਤੇ ਨਬੀ ਪਾਕ ਦਾ ਇਖਲਾਕ ਬਣਾਓ। ਇਤਨਾ ਇਖਲਾਕ ਪੈਦਾ ਕਰ, ਇਤਨੀਆਂ ਮੁਹੱਬਤਾਂ ਪੈਦਾ ਕਰ ਕਿ ਬੇਨਮਾਜ਼ੀ ਨੂੰ ਕਹਿਣਾ ਪਵੇ, ਮੈਨੂੰ ਤੇ ਬਾਹਰ ਜ਼ਮਾਨੇ ਦੀ ਧੁੱਪ ਛਾੜ ਗਈ ਏ। ਪਿਆਰ ਵਾਲੀ ਛਾਂ ਤੇ ਹੈ ਹੀ ਮਸਜਿਦ ਵਿੱਚ, ਪਿਆਰ ਕਰਨ ਵਾਲੇ ਬੰਦੇ ਬੈਠੇ ਹੀ ਅੱਲਾ ਦੇ ਘਰ ਦੇ ਵਿੱਚ ਨੇ। ਆ ਜਾ ਜਲਦੀ ਕਰ, ਹੁਣ ਦੇਰ ਨਾ ਕਰ, ਇਹ ਮੇਰਾ ਸਾਥੀ, ਇਹਨੂੰ ਦੋ ਮਿਸਰੇ ਮੈਂ ਨਾ ਪੜ੍ਹਾਏ ਤੇ ਫੌਤ ਹੋ ਜਾਏਗਾ, ਮੈਨੂੰ